ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਿਉਂ ਬੁਲਾਵੈ ਤਿਉਂ ਬੋਲਾ ਸਵਾਮੀ ਕੁਦਰਤ ਕਵਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੀ ਐਸੀ ਲਾਲ ਤੁਝ ਬਿਨ ਕੌਣ ਕਰੈ ਗਰੀਬ ਨਿਵਾਜ ਗੁਸਈਆ ਮੇਰਾ ਮਾਥੈ ਛਤਰ ਤਰੈ ਜਾ ਕੀ ਸ਼ੋਤ ਜਗਤ ਕੋ ਲਾਗੈ ਤਾਂ ਪਰ ਤੂੰ ਹੀ ਠਰੈ ਨੀਚੋਂ ਊਚ ਕਰੈ ਮੇਰਾ ਗੋਬਿੰਦ ਕਾਹੂ ਤੇ ਨਾ ਡਰੈ ਨਾਮ ਦੇਵ ਕਬੀਰ ਤ੍ਰਿਲੋਚਨ ਸਦਨਾ ਸੈਣ ਤਰੈ ਕਹਿ ਰਵਿਦਾਸ ਸੁਨ ਹੋਰੇ ਸੰਤੋ ਹਰ ਜੀਉ ਤੇ ਸਭੈ ਸਰੈ ਮੈਂ ਨੀਵੀਂ ਮੇਰਾ ਮੁਰਸ਼ਦ ਉੱਚਾ ਪ੍ਰੀਤੀ ਉੱਚਿਆਂ ਦੇ ਸੰਗ ਲਾਈ ਸਦਕੇ ਜਾਵਾ ਉਹਨਾਂ ਉੱਚਿਆਂ ਕੋਲੋਂ ਜਿਨ੍ਹਾਂ ਨੀਵਿਆਂ ਸੰਗ ਨਿਭਾਈ ਐਸਿਆਂ ਗੁਰਾਂ ਤੋਂ ਮੈਂ ਵੱਲ ਵੱਲ ਜਾਵਾਂ ਐਸਿਆਂ ਗੁਰਾਂ ਤੋਂ ਜੀ ਮੈਂ ਵੱਲ ਵੱਲ ਜਾਵਾਂ ਆਹ
नारायण नरपत नमस्कार ऐसे गुर को बल बल जाइए आप मुक्त मोहि तारे भगत भगत जग बजिया चौ चक्का दे विच चमरिटा पाणा गंडे राह विच कुल्ला धर्म ढोए ढोर समेटा ज्यों कर मैड़े चीतड़े हीरा लाल अमोल पलेटा चौं वरना उपदेश दा ज्ञान ध्यान कर भगत सहेटा माता कलसां दे वेड़े विच आ गया रब रविदास बन के माता कलसां दे वेड़े विच आ गया रब रविदास बन के कलसां दे वेड़े विच आ गया रब रविदास बन के माता कलसां दे वेड़े विच आ गया रब रविदास बन के We'll be right back.
ਜੁਗ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤਿਨ੍ਹਾਂ ਦੀ ਪਾਵਨ ਅਤੇ ਪਵਿੱਤਰ ਨਿੱਘੀ ਗੋਦ ਵਿੱਚ ਜੁੜ ਬੈਠੀ ਪਰਮ ਪੂਜਨੀ ਗੁਰੂ ਪਿਆਰੀ ਸਾਧ ਸੰਗਤ ਜੀ ਆਓ ਸਭ ਤੋਂ ਪਹਿਲਾਂ ਫਤਿਹ ਦੀ ਸਾਂਝ ਕਰੀਏ ਕੋਈ ਵੀ ਰਸਨਾ ਵਾਂਝੀ ਨਾ ਰਹੇ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਚੇ ਪਾਤਸ਼ਾਹ ਜੀ ਨੇ ਕਿਰਪਾ ਕੀਤੀ ਹੈ ਪਰਸੋਂ ਰੋਜ਼ ਤੋਂ ਤੁਰਦਰਗਾਹੀ ਰੱਬੀ ਅਕਾਲੀ ਬਾਣੀ ਦੇ ਸ਼੍ਰੀ ਅਖੰਡ ਪਾਠ ਸਾਹਿਬ ਪ੍ਰਕਾਸ਼ ਪ੍ਰਾਰੰਭ ਨੇ ਗੁਰਦੁਆਰਾ ਸਾਹਿਬ ਨਾਰਾਇਣ ਨਰਪਤ ਨਮਸਕਾਰ ਹੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹਿ ਤਾਰੈ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਗੁਰਪੁਰਬ ਦੇ ਸੰਬੰਧ ਦੇ ਵਿੱਚ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਦਾ ਓਟ ਆਸਰਾ ਲਿਆ ਹੈ। ਹੁਣੇ ਹੁਣ ਸਾਹਿਬਾਂ ਦੀ ਪਾਵਨ ਗੁਰਬਾਣੀ ਦੇ ਜੋ ਪਰਸੋਂ ਰੋਜ਼ ਤੋਂ ਆਰੰਭ ਸੀ ਇੱਕ ਓਅੰਕਾਰ ਤੋਂ ਲੈ ਕੇ 18:10-20 ਤੱਕ ਸਮੁੱਚੀ ਸੰਪੂਰਨਤਾਈ ਹੋਈ ਹੈ ਅਤੇ ਥੋੜ੍ਹਾ ਜਿਹਾ ਸਮਾਂ ਸਤਿਗੁਰਾਂ ਦੀ ਪਾਵਨ ਗੋਦ ਦੇ ਵਿੱਚ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਏਕਾਗਰ ਚੀਤ। ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਐ ਲਾਏ ਧਿਆਨ। ਥੋੜ੍ਹਾ ਜਿਹਾ ਸਮਾਂ ਸਾਹਿਬਾਂ ਦੇ ਚਰਨਾਂ ਵਿੱਚ ਹੋਰ ਬੈਠ ਕੇ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਸਾਰਾ ਸੰਸਾਰ ਹੀ ਗੁਰੂ ਬਾਬਾ ਜੀ ਦਾ ਅਵਤਾਰ ਗੁਰਪੁਰਬ ਮਨਾ ਰਿਹਾ ਹੈ ਅਤੇ ਆਪਾਂ ਵੀ ਇੱਥੇ ਰਲ ਮਿਲ ਕਰਕੇ ਹਰ ਸਾਲ ਦੀ ਤਰ੍ਹਾਂ ਸਤਿਸੰਗਤ ਜੀ ਭਾਵੇਂ ਕਿ ਅੱਜ ਸਤਿਕਾਰਯੋਗ ਬਾਬਾ ਧਰਮਪਾਲ ਸਿੰਘ ਜੀ ਸੰਘੋਵਾਲ ਵਾਲੇ ਉਹਨਾਂ ਨੇ ਪਹੁੰਚਣਾ ਸੀ, ਦਾਸਾਂ ਦੀ ਡਿਊਟੀ ਲਾਈ ਹੈ, ਦਾਸਾਂ ਨੂੰ ਹੁਕਮ ਕੀਤਾ ਉਹਨਾਂ ਨੇ ਸਤਿਸੰਗਤ ਜੀ, ਅਤੇ ਜਿੰਨੀ ਵੀ ਸਤਿਸੰਗਤ ਜੀ ਸਤਿਗੁਰ ਦੇ ਚਰਨਾਂ ਦੇ ਵਿੱਚ ਆਪਾਂ ਸੇਵਾ ਕਰਦੇ ਹਾਂ ਪਰਸੋਂ ਰੋਜ਼ ਤੋਂ ਲੱਗੇ ਹੋਏ ਹਾਂ, ਤਨ ਦੇ ਨਾਲ, ਮਨ ਦੇ ਨਾਲ, ਧਨ ਦੇ ਨਾਲ, ਉਹਦਾ ਮੁੱਖ ਪ੍ਰਯੋਜਨ ਇਹੀ ਹੈ ਵੀ ਸਾਨੂੰ ਸਤਿਗੁਰਾਂ ਦੀ ਖੁਸ਼ੀ ਮਿਲ ਜਾਵੇ, ਸਤਿਗੁਰ ਮਹਾਰਾਜ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਜਾਈਏ ਸਤਿਸੰਗਤ ਜੀ, ਕਿਉਂਕਿ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿੱਤ ਲਾਏ, ਮਨ ਚਿੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ, ਮਨ ਵਾਂਛਤ ਫਲ ਪ੍ਰਾਪਤ ਹੁੰਦੇ ਨੇ ਅਤੇ ਸਤਿਗੁਰ ਮਹਾਰਾਜ ਜੀ ਦੀ ਨਦਰੇ ਰਹਿਮਤ ਦੇ ਹੇਠ ਆਈ ਜਾਈਏ,
ਐਸੀ ਸਤਿਗੁਰ ਜੀ ਮਹਾਰਾਜ ਜੀ ਕਿਰਪਾ ਕਰਦੇ ਨੇ। ਜਿਸ ਜਿਸ ਭਾਵਨਾ ਦੇ ਨਾਲ ਸਾਹਿਬਾਂ ਦੇ ਚਰਨਾਂ ਦਾ ਕੋਈ ਓਟ ਆਸਰਾ ਤੱਕਦਾ ਹੈ, ਸਤਿਗੁਰੂ ਮਹਾਰਾਜ ਜੀ ਜੋ ਮੰਗ ਹੈ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ, ਆਪਣਿਆਂ ਗੁਰੂਆਂ ਪੀਰਾਂ ਰਹਿਬਰਾਂ ਦੇ ਅਵਤਾਰ ਦਿਹਾੜੇ ਗੁਰਪੁਰ ਮਨਾਉਣੇ, ਸਤਿਗੁਰ ਮਹਾਰਾਜ ਜੀ ਨੇ ਸਪੁੱਤਰਾਂ ਦੇ ਦਰਜੇ ਬਖਸ਼ਿਸ਼ ਕੀਤੇ ਨੇ, ਭਾਈ ਸਤ ਸੰਗਤ ਜੀ ਵੱਡੇ ਭਾਗ ਨੇ। ਆਓ ਉਸ ਸਮੇਂ ਜਦੋਂ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਅੱਜ ਦੇ ਦਿਨ ਪਾਵਨ ਆਪਣਾ ਅਵਤਾਰ ਇਸ ਧਰਤੀ ਦੇ ਉੱਤੇ ਧਾਰਨ ਕੀਤਾ, ਸਤ ਸੰਗਤ ਜੀ ਇਸ ਸੰਸਾਰ 'ਤੇ ਅਵਤਾਰ ਧਾਰਨ ਤੋਂ ਪਹਿਲਾਂ ਸੰਸਾਰ ਦੀ ਦਸ਼ਾ ਕੈਸੀ, ਜਿਹੜਾ ਸਮਾਜ ਹੈ ਇਹਦਾ ਤਾਣਾ ਬਾਣਾ ਬਹੁਤਾ ਉਲਝਿਆ ਪਿਆ ਹੈ, ਅਤੇ ਕੰਮਾਂ ਦੇ ਆਧਾਰ ਦੇ ਉੱਤੇ ਸਾਧਸਾਂ ਹੀ ਵਰਨਾਂ ਦੀ ਵੰਡ ਕੀਤੀ ਹੋਈ ਹੈ, ਜਾਤ ਪਾਤ ਦੇ ਵਿਖੇੜਿਆਂ ਦੇ ਵਿੱਚ ਸਮਾਜ ਖੜ੍ਹਾ ਹੈ, ਬ੍ਰਾਹਮਣ ਖੱਤਰੀ ਸ਼ੂ ਵੈਸ਼ ਸ਼ੂਦਰ ਸਾਧ ਸੰਗਤ ਜੀ ਆਪਣੇ ਆਪ ਨੂੰ ਸਵਰਨ ਜਾਤੀ ਉੱਚੀ ਕੁੱਲ ਵਾਲੇ ਉੱਚੀ ਕੌਮ ਵਾਲੇ ਮੰਨ ਰਹੇ ਨੇ ਅਤੇ ਸ਼ੂਦਰਾਂ ਨੂੰ ਨੀਚ ਆਖ ਕੇ ਦੁਰਕਾਰ ਰਹੇ ਨੇ। ਇਹ ਤਾਂ ਸਾਧ ਸੰਗਤ ਜੀ ਇਹਨੂੰ ਕੋਈ ਸਮਾਜ ਵਿੱਚ ਕਿਸੇ ਕਿਸਮ ਦਾ ਅਧਿਕਾਰ ਹੀ ਨਹੀਂ ਹੈ, ਐਸਾ ਬੋਲਬਾਲਾ ਹੈ। ਮਨੂ ਸਮ੍ਰਿਤੀ ਦੇ ਵਿੱਚ ਵੀ ਲਿਖਿਆ ਹੋਇਆ ਪੜ੍ਹਦੇ ਹਾਂ, ਪੰਡਿਤ ਲੋਕਾਂ ਨੇ ਉੱਚੀ ਕੁੱਲ ਦੇ ਉੱਚੀ ਕੌਮ ਦੇ ਲੋਕਾਂ ਨੇ ਆਪਣੇ ਆਪ ਨੂੰ ਮਾਨੋ ਦੇ ਸਰੀਰ ਹੈ ਜਿਹੜਾ ਬ੍ਰਾਹਮਣ ਹੈ ਉਹਨੂੰ ਸਿਰ ਮੰਨ ਲਿਆ, ਜਿਹੜਾ ਖੱਤਰੀ ਹੈ ਉਹ ਇਹ ਛਾਤੀ, ਅਤੇ ਵੈਸ਼ ਹੈ ਜਿਹੜਾ ਉਹ ਪੇਟ ਦੀ ਨਿਆਈ ਹੈ, ਅਤੇ ਜਿਹੜਾ ਸ਼ੂਦਰ ਹੈ ਉਹਨੂੰ ਪੈਰ। ਵੀ ਇਹ ਤਾਂ ਸਾਧ ਸੰਗਤ ਜੀ ਇਹਨੂੰ ਦੁਰਕਾਰ ਦਿੱਤਾ ਸਮਾਜ ਦੇ ਵਿੱਚੋਂ, ਇਹ ਕਿਸੇ ਇਹ ਹੱਕ ਹੀ ਨਹੀਂ ਰੱਖਦਾ ਹੈ। ਅਤੇ ਉਸ ਵਕਤ ਐਸਾ ਸੀ ਵੀ ਜੇ ਸ਼ੂਦਰ ਕੋਈ ਨੀਚ ਜਾਤ ਦਾ ਉੱਚੀ ਜਾਤੀ ਵਾਲੇ ਦੇ ਕੋਈ ਕੋਲ ਦੀ ਵੀ ਲੰਘ ਜਾਂਦਾ ਪਰਛਾਵਾਂ ਪਿਆ ਵੀ ਸਾਧ ਸੰਗਤ ਜੀ ਪਿੱਟਿਆ ਗਿਆ ਆਪਣੇ ਆਪ ਨੂੰ ਸਮਝਦੇ। ਹਾਲਾਂਕਿ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸਾਰੀ ਗੁਰਬਾਣੀ, ਮਹਾਰਾਜ ਜੀ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਇਹ ਤਾਂ ਸਾਰੀ ਕਾਇਨਾਤ ਸਾਰੀ ਸ੍ਰਿਸ਼ਟੀ ਸਾਜੀ ਹੈ, ਉਹ ਤਾਂ ਇੱਕ ਨੂਰ ਤੋਂ ਹੀ ਪੈਦਾ ਹੋਇਆ, ਪੰਜ ਤੱਤਾਂ ਦਾ ਪੁਤਲਾ ਵਾ। ਸਤਿ ਸੰਗਤ ਜੀ ਇਹ ਹਵਾ ਸਾਰਿਆਂ ਨੂੰ ਇੱਕੋ ਜੀ ਜਿਹੜਾ ਪਰਮੇਸ਼ਰ ਦੇ ਰਿਹਾ, ਸੂਰਜ ਦੀ ਰੋਸ਼ਨੀ ਹੈ ਉਹ ਇੱਕੋ ਜਿਹੀਆਂ ਕਿਰਨਾਂ ਹੈ, ਸਾਧ ਸੰਗਤ ਜੀ ਉਹੀ ਆਪਣੇ ਆਪ ਨੂੰ ਅਮੀਰ ਉੱਚੀ ਧਨਾੜ ਉੱਚੀ ਕੁੱਲ ਖਵਾਉਣ ਵਾਲੇ ਉਹਨਾਂ ਨੂੰ ਵੀ ਇੱਕ ਸਮਾਨ। ਕਦੇ ਕੋਈ ਸਾਧ ਸੰਗਤ ਜੀ ਜਾਤ ਪਾਤ ਦਾ ਜਿਹੜਾ ਨਹੀਂ ਕੀਤਾ ਬਖੇੜਾ, ਕੁਦਰਤ ਨੇ ਪਰਮੇਸ਼ਰ ਨੇ, ਪਰ ਇਨਸਾਨ ਇਨਸਾਨ ਦੇ ਨਾਲ ਹੀ ਵੈਰ ਕਰ ਰਿਹਾ ਹੈ, ਵਿਰੋਧ ਕਰ ਰਿਹਾ ਹੈ। ਹਾਂ ਪਿਛਲੇ ਕੋਈ ਚੰਗੇ ਕਰਮਾਂ ਦਾ ਸਦਕਾ ਕਿਸੇ ਚੰਗੇ ਘਰਾਣੇ ਵਿੱਚ ਪੈਦਾ ਹੋ ਜਾਣਾ, ਚਾਰ ਦਮੜੇ ਮਿਲ ਜਾਣੇ, ਮਹਿਲ ਮਾੜੀਆਂ ਦਾ ਮਾਲਕ ਬਣ ਜਾਣਾ, ਉਹਦਾ ਸ਼ੁਕਰਾਨਾ ਸਾਧ ਸੰਗਤ ਜੀ ਕਰਨਾ ਚਾਹੀਦਾ, ਇਹ ਤਾਂ ਉਹਦੇ ਹੱਥ ਹੈ। ਅਤੇ ਮਹਾਰਾਜ ਪੰਚਮ ਪਾਤਸ਼ਾਹ ਜੀ ਨੂੰ ਪੁੱਛ ਲਓ, ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਭਾਈ ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਪਰਮੇਸ਼ਰ ਦਾ ਨਾਮ ਗੋਬਿੰਦ ਨੂੰ ਜਪ ਕੇ ਆੜ ਨਾਮ ਕੋ ਸ਼ੀਪਰੋ ਹੋਇਓ ਲਖੀਣ, ਭਗਤ ਨਾਮਦੇਵ ਜੀ ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਸ਼੍ਰੋਮਣੀ ਭਗਤ ਕਬੀਰ ਜੀ ਮਹਾਰਾਜ ਜੀ ਸਾਧ ਸੰਗ ਜੀ ਖੱਡੀ ਦਾ ਕੰਮ ਕਰਦੇ ਨੇ, ਹੱਥੀਂ ਕੱਪੜਾ ਬੁਣਦੇ ਨੇ, ਅਤੇ ਸਾਧ ਸੰਗਤ ਜੀ ਸ਼ੂਦਰ ਜਾਤੀ ਸੰਸਾਰੀ ਤੌਰ 'ਤੇ ਸੰਸਾਰ ਆਖਦਾ, ਬੁਨਣਾ ਤਨਣਾ ਤਿਆਗ ਕੈ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਜੁਲਾਹਰੋ ਭਇਓ ਗੁਣੀ ਗਹੀਰਾ। ਅਤੇ ਮਹਾਰਾਜ ਬਾਬਾ ਕਬੀਰ ਜੀ ਆਪਣੀ ਬਾਣੀ ਦੇ ਵਿੱਚ ਵਚਨ ਕਰਦੇ ਨੇ, ਕਬੀਰ ਮੇਰੀ ਜਾਤ ਕੋ ਸਭ ਕੋਈ ਹੱਸਣੇ ਹਾਰ, ਮੇਰੀ ਜਾਤ ਨੂੰ ਸਾਰਾ ਸੰਸਾਰ ਮਜ਼ਾਕ ਕਰਦਾ ਹੱਸੇ, ਪਰ ਮਹਾਰਾਜ ਬਾਬਾ ਕਬੀਰ ਜੀ ਬਲਿਹਾਰੀ ਇਸ ਜਾਤ ਕੋ ਜੇ ਜਪਿਓ ਸਿਰਜਣ ਹਾਰ, ਮੈਂ ਇਸ ਜਾਤ ਦੇ ਬਲਿਹਾਰੇ ਜਾਣਾ। ਇੱਧਰ ਗੁਰੂ ਬਾਬਾ ਜੀ ਨੂੰ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਪੁੱਛ ਲਓ, ਸਾਧ ਸੰਗਤ ਜੀ ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕੌ ਰਵਿਦਾਸ ਜਮਾਰਾ, ਉਸ ਵਕਤ ਜਾਤ ਪਾਤ ਦਾ ਅਤੇ ਇਹ ਕਾਇਨਾਤ ਨੂੰ ਸ੍ਰਿਸ਼ਟੀ ਨੂੰ ਸਾਜ ਕੇ ਪਰਮੇਸ਼ੁਰ ਕਿਤੇ ਗਿਆ ਨਹੀਂ, ਇਹਦੇ ਵਿੱਚ ਹੀ ਬੈਠਾ, ਕਣ ਕਣ ਵਿੱਚ ਹੈ, ਜਰੇ ਜਰੇ ਵਿੱਚ ਹੈ। ਜਿਵੇਂ ਇੱਕ ਕੋਈ ਕਾਰੀਗਰ ਹੈ ਮਿੱਟੀ ਦੇ ਭਾਂਡੇ ਬਣਾਉਣ ਵਾਲਾ, ਉਹਨੂੰ ਘੁਮਿਆਰ ਕਹਿੰਦੇ ਆ, ਉਹਦੀ ਕਿਰਤ ਦੇ ਮੁਤਲਕ
ਉਹ ਕਾਰੀਗਰ ਭਾਂਡੇ ਬਣਾਉਣ ਵਾਲਾ ਮਿੱਟੀ ਦੇ ਕਿੰਨੇ ਸੋਹਣੇ ਅਲਹਿਦਾ ਅਲਹਿਦਾ ਭਾਂਡੇ ਬਣਾ ਬਣਾ ਕੇ ਰੱਖਦਾ ਹੈ ਸਾਧ ਸੰਗ ਜੀ, ਆਪਣੀ ਜਿੰਦ ਜਾਨ ਲਾ ਦਿੰਦਾ ਉਸ ਭਾਂਡਿਆਂ ਨੂੰ ਬਣਾਉਣ ਦੇ ਲਈ। ਜਿਹੜਾ ਖਰੀਦਦਾਰ ਹੈ, ਦੇਖਣ ਵਾਲਾ ਆਉਂਦਾ ਆਪਣੀ ਚੁਆਇਸ ਦੇ ਮੁਤਲਕ, ਸਾਧ ਸੰਗ ਜੀ ਦੇਖ ਪਰਖ ਕੇ ਉਹ ਖਰੀਦ ਕੇ ਲੈ ਜਾਂਦਾ ਹੈ। ਕੋਈ ਆਮ ਸੰਸਾਰੀ ਬੰਦਾ ਉਹਦੇ ਬਰਤਨਾਂ ਨੂੰ ਚੱਕ ਕੇ ਉਹਦੇ ਵਿੱਚ ਨੁਕਸ ਕੱਢੇ, ਨਗੋਚਾਂ ਕੱਢੇ, ਤੇਰਾ ਬਰਤਨ ਆ ਚੰਗਾ ਨਹੀਂ ਬਣਿਆ, ਇਹ ਗਾਗਰ ਹੈ, ਇਹਦੀ ਗਰਦਨ ਨਹੀਂ ਅੱਛੀ ਬਣੀ, ਇਹਦੀ ਗੁਲਾਈ ਨਹੀਂ ਚੰਗੀ ਹੈ, ਉਹਨੂੰ ਕਾਰੀਗਰ ਨੂੰ ਕਦੇ ਵੀ ਉਹ ਚੰਗਾ ਨਹੀਂ ਲੱਗੂਗਾ ਜਿਹੜਾ ਉਹਦੇ ਬਰਤਨਾਂ ਦੇ ਵਿੱਚ ਨੁਕਸ ਕੱਢਦਾ ਹੈ, ਕਿਉਂਕਿ ਉਹਨੇ ਸਾਰੀ ਜਿੰਦ ਜਾਨ ਲਾ ਦਿੱਤੀ। ਉਹ ਭਲਿਆ ਕਦੇ ਸੋਚਿਆ ਪਰਮੇਸ਼ਰ ਨੇ ਇਹ ਸਾਰੇ ਭਾਂਡੇ ਘੜੇ ਨੇ, ਇਹ ਸਾਰੀ ਕਿਰਤ ਸਾਜੀ ਆ 84 ਲੱਖ, ਇਹ ਇਨਸਾਨ ਜਾਮਾ ਤੈਨੂੰ ਬਖਸ਼ਿਸ਼ ਕੀਤਾ, ਅਤੇ ਜੇ ਤੂੰ ਉਹਦੀ ਸਾਜੀ ਹੋਈ ਕਿਰਤ ਦੇ ਵਿੱਚ ਆਖੇ ਇਹ ਨੀਚ ਹੈ, ਇਹ ਸ਼ੂਦਰ ਹੈ, ਇਹਦਾ ਮਤਲਬ ਤੂੰ ਇਨਸਾਨ ਨੂੰ ਨਹੀਂ ਆਖ ਰਿਹਾ, ਤੂੰ ਪਰਮੇਸ਼ਰ ਨੂੰ ਆਖ ਰਿਹਾ। ਉਹ ਤੈਨੂੰ ਕਦੋਂ ਸਾਧ ਸੰਗ ਜੀ ਪ੍ਰਸੰਨਤਾ ਦੇਵੇਗਾ, ਉਹਦੀ ਤੇਰੇ 'ਤੇ ਕਦੋਂ ਖੁਸ਼ੀ ਹੋਏਗੀ ਜੇ ਤੂੰ ਸਮਾਜ ਵਿੱਚ ਨੀਚ ਊਚ, ਕਿਉਂਕਿ ਸਗਲ ਬਨਸਪਤ ਮੈਂ ਵੈ ਸੰਤਰ ਸਗਲ ਦੂਧ ਮੈਂ ਕੀਆ, ਸਾਰੀ ਸ੍ਰਿਸ਼ਟੀ ਬਾਬਾ ਜੀ ਸਿਆੜ ਸਾਹਿਬ ਵਾਲੇ ਸਮਤ ਦਿਆ ਕਰਦੇ ਵੀ ਇਹ ਸਾਰੀ ਜਿਹੜੀ ਬਨਸਪਤੀ ਹੈ ਇਹਦੇ ਵਿੱਚ ਅਗਨੀ ਛਿਪੀ ਪਈ ਹੈ। ਹੁਣ ਆਸਟ੍ਰੇਲੀਆ ਦੇ ਜੰਗਲਾਂ ਵਿੱਚ ਅੱਗ ਲੱਗੀ ਕਿੰਨੇ ਮਹੀਨੇ ਹੋ ਗਏ ਨੇ ਸਾਧ ਸੰਗਤ ਜੀ, ਇਹ ਸਾਰੀ ਬਨਸਪਤੀ ਵਿੱਚ ਵੈਸੰਤਰ ਅੱਗ ਅੰਦਰ ਹੀ ਛਿਪੀ ਪਈ ਹੈ, ਪਰ ਦੀਂਦੀ ਨਹੀਂ ਗੀ। ਸਗਲ ਬਨਸਪਤ ਮੈਂ ਵੈਸੰਤਰ ਸਗਲ ਦੂਧ ਮੈਂ ਕੀਆ, ਉਹ ਸਾਰੀਆਂ ਜਿਹੜੀ ਬਨਸਪਤੀ ਹੈ ਉਹਦੇ ਵਿੱਚ ਅੱਗ ਛਿਪੀ ਪਈ ਹੈ, ਸਾਰੇ ਜਿੰਨੇ ਤਰ੍ਹਾਂ ਦੇ ਦੁੱਧ ਨੇ ਉਹਨਾਂ ਵਿੱਚ ਘਿਓ ਛਿਪਿਆ ਪਿਆ ਪਰ ਦਿਸਦਾ ਨਹੀਂ ਗਾ। ਇਸੇ ਤਰ੍ਹਾਂ ਊਚ ਨੀਚ ਮੈਂ ਜੋਤ ਸਮਾਣੀ ਘੱਟ ਘੱਟ ਮਾਹ ਦੋ ਜੀ ਆ, ਉਹ ਸਾਰਿਆਂ ਵਿੱਚ ਆ, ਕਣ ਕਣ ਵਿੱਚ ਆ। ਫਰੀਦਾ ਖਾਲਕ ਖਲਕ ਮੈਂ ਖਲਕ ਵਸੇ ਰੱਬ ਮਾਹੀ, ਉਥਾਂ ਇਹ ਖਲਕਤ ਦੇ ਵਿੱਚ ਕਾਇਨਾਤ ਵਿੱਚ ਆਪ ਹੀ ਬੈਠਾ, ਮੰਦਾ ਕਿਸਨੋਂ ਆਖੀ ਹੈ ਜਾਂ ਤਿਸ ਵਿਨ ਕੋਈ, ਫਿਰ ਤੂੰ ਕੀ ਕਹਿ ਰਿਹਾ ਹੈ। ਜਿਸ ਗੁਰੂ ਬਾਬਾ ਜੀ ਦੇ ਗੁਰਪੁਰਬ ਦੇ ਸੰਬੰਧ ਵਿੱਚ ਜੁੜ ਕੇ ਬੈਠੇ ਉਹਨਾਂ ਨੇ ਜਾਤ ਪਾਤ ਦੇ ਵਖੇੜੇ ਭਰਮਾਂ ਨੂੰ ਦੂਰ ਕੀਤਾ, ਇਕੱਲਾ ਕੀਤਾ ਹੀ ਨਹੀਂ, ਚਾਰੇ ਵਰਨ ਉਹਨਾਂ ਦੇ ਚਰਨਾਂ ਵਿੱਚ ਆ ਕੇ ਡਿੱਗ ਪਏ। ਅੱਜ ਵੀ ਐਸਾ ਗੁਰਬਾਣੀ ਗਿਆਨ ਸਾਨੂੰ ਕਰਾਉਂਦੀ ਹੈ ਸਾਧ ਸੰਗ ਜੀ, ਅੱਖਾਂ ਤੋਂ ਅਗਿਆਨ ਦੀਆਂ ਐਨਕਾਂ ਲਾਉਣ ਨੂੰ ਕਹਿੰਦੀ ਹੈ। ਕੀ ਕਹਿੰਦੀ ਹੈ ਭਾਈ, ਜੋਤ ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ, ਜੋਤ ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ, ਜੋਤ ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ, ਜੋਤ ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ, 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 ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ, ਜੋਤ ਨੂੰ ਪਛਾਣੀ ਦਾ ਜਾਤਾਂ ਦੇ ਝਗੜੇ ਛੱਡ ਕੇ,
ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਤਾਂ ਸਾਰੀ ਕਾਇਨਾਤ ਵਿੱਚ ਉਹੀ ਹੈ। ਅਤੇ ਉਸ ਵਕਤ ਸਾਧ ਸੰਗਤ ਜੀ, ਅੱਜ ਦੇ ਦਿਨ ਮਹਾਰਾਜ ਦਾ ਆਪਾਂ ਗੁਰਪੁਰਬ ਮਨਾ ਰਹੇ ਹਾਂ, ਸੈਂਕੜੇ ਸਾਲ ਹੋ ਗਏ। ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ, ਸੰਸਾਰ ਦੀ ਦਸ਼ਾ ਐਸੀ ਸੀ, ਵਰਨਾਂ ਦੀ ਵੰਡ ਜਾਤਾਂ ਦੇ ਆਧਾਰ ਦੇ ਉੱਤੇ ਕੀਤੀ ਹੋਈ ਹੈ। ਅਤੇ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਨੇ ਸੀਰ ਗੋਵਰਧਨਪੁਰ ਕਾਂਸ਼ੀ ਬਨਾਰਸ ਦੀ ਧਰਤੀ ਦੇ ਉੱਤੇ ਸਾਧ ਸੰਗਤ ਜੀ, ਧੰਨ ਜਨਨੀ ਜਿਨ ਜਾਇਆ ਧੰਨ ਪਿਤਾ ਪ੍ਰਧਾਨ, ਸਤਿਕਾਰਯੋਗ ਪਿਤਾ ਸੰਤੋਖ ਦਾਸ ਜੀ, ਸਤਿਕਾਰਯੋਗ ਮਾਤਾ ਕਲਸਾਂ ਦੇਵੀ ਜੀ, ਤਿਨ੍ਹਾਂ ਦੀ ਕੁੱਖ ਨੂੰ ਭਾਗ ਲਾਏ ਪਿਤਾ ਸੰਤੋਖ ਦਾਸ ਜੀ ਦੇ ਗ੍ਰਹਿ, ਅੱਜ ਦੇ ਦਿਨ ਗੁਰੂ ਬਾਬਾ ਜੀ ਨੇ ਅਵਤਾਰ ਧਾਰਿਆ। ਆਖੋ ਸਤਨਾਮ। ਸਤ ਸੰਗਤ ਜੀ, ਜਿਹੜੇ ਪਹਿਲੇ ਦਰਸ਼ਨ ਨੇ ਨਾ, ਪਹਿਲੇ ਜਿਹੜੇ ਦਰਸ਼ਨ ਨੇ, ਅਤੇ ਉਸ ਸਮੇਂ ਆ ਦੀਵੇ ਲੱਗੇ ਹੋਇਆ ਕਰਦੇ, ਮੱਧਮ ਜੀ ਉਹਦੀ ਲੋਹ ਹੈ, ਮਹਾਰਾਜ ਜੀ ਨੇ ਅੰਮ੍ਰਿਤ ਵੇਲੇ ਜਿਹੜਾ ਅਵਤਾਰ ਧਾਰਿਆ, ਉਸ ਕਮਰੇ ਦੇ ਵਿੱਚ ਪ੍ਰਕਾਸ਼ ਹੀ ਪ੍ਰਕਾਸ਼। ਸਾਧ ਸੰਗਤ ਜੀ, ਪਹਿਲੇ ਜਿਹੜੇ ਦਰਸ਼ਨ ਨੇ ਉਸ ਬੀਬੀ ਦਾਈ ਨੇ ਜਿਹੜੇ ਕੀਤੇ ਨੇ, ਜਿਹਦੀ ਨਿਗਾਹ ਬਹੁਤੀ ਘੱਟ ਸੀ, ਜੋ ਸਾਖੀਆਂ ਦੇ ਵਿੱਚ ਸਾਧ ਸੰਗਤ ਜੀ ਪੜ੍ਹਦੇ ਸੁਣਦੇ ਹਾਂ, ਉਹ ਦਾਈ ਬੀਬੀ ਦੀ ਨਿਗਾਹ ਕਾਫੀ ਘੱਟ ਸੀ। ਜਦੋਂ ਦਿਦਾਰੇ ਕੀਤੇ ਨਾ, ਹੱਥਾਂ ਨੂੰ ਸ਼ੋਅ ਮਿਲੀ ਗੁਰੂ ਬਾਬਾ ਜੀ ਦੇ ਬਾਲ ਸਰੂਪ ਸਰੀਰ ਦੀ, ਸਾਧ ਸੰਗਤ ਜੀ ਕਪਾਟ ਖੁੱਲ੍ਹ ਗਏ, ਜਿਹੜੇ ਨੇਤਰ ਸੀ ਅੱਖਾਂ ਸੀ ਖੁੱਲ੍ਹ ਗਈਆਂ। ਇੱਕ ਚੰਗੇ ਸੁਜਾਖੇ ਸਾਧ ਸੰਗਤ ਜੀ ਨੌ ਵਰ ਨੌ ਸਰੀਰ ਦੀ ਤਰ੍ਹਾਂ ਉਸ ਮਾਈ ਨੂੰ ਦਿਖਣ ਲੱਗ ਗਿਆ। ਅਤੇ ਭਾਗਾਂ ਵਾਲੀ ਹੋ ਗਈ, ਬਾਹਰ ਆ ਕੇ ਵਧਾਈਆਂ ਦਿੰਦੀ ਹੈ ਪਿਤਾ ਸੰਤੋਖ ਦਾਸ ਜੀ ਨੂੰ, ਆਖ ਰਹੀ ਹੈ ਵੀ ਤੇਰੇ ਘਰ ਅੱਜ ਸਾਕਸ਼ਾਤ ਮੇਰੇ ਇਹਨਾਂ ਹੱਥਾਂ ਵਿੱਚ ਬਹੁਤ ਬਾਲਕਾਂ ਨੇ ਜਨਮ ਲਿਆ ਵਾ, ਪਰ ਅੱਜ ਜੋ ਇਹ ਬਾਲਕ ਆਇਆ ਇਹਦੇ ਚੱਕਰ ਚਿਹਨ ਅਵਤਾਰਾਂ ਵਰਗੇ ਨੇ। ਜੇ ਤੂੰ ਮੇਤੋਂ ਪੁੱਛਦਾ ਸੱਚ ਜਾਣੀ ਸਾਧ ਸੰਗਤ ਜੀ, ਇਹ ਖੁਦ ਪਰਮੇਸ਼ਰ ਤੇਰੇ ਘਰ ਆ ਗਿਆ। ਆਖੋ ਸਤਨਾਮ। ਸਾਧ ਸੰਗਤ ਜੀ, ਉਸ ਵਕਤ ਸਾਰੇ ਪਾਸੇ ਜੈ ਜੈਕਾਰ ਹੋ ਰਹੀ ਹੈ, ਅਤੇ ਹਰ ਕੋਈ ਪਤਾ ਲੱਗ ਗਿਆ ਸੀਰ ਗੋਵਰਧਨਪੁਰ ਕੰਸ਼ੀ ਬਨਾਰਸ ਵੀ, ਹਾਂ ਸੰਤੋਖ ਦਾਸ ਦੇ ਘਰ ਐਸੇ ਬਾਲਕ ਨੇ ਜਨਮ ਲਿਆ ਹੈ। ਅਤੇ ਸਾਧ ਸੰਗਤ ਜੀ, ਬੇਗਮਪੁਰੇ ਦਾ ਵਾਸੀ ਚੱਲ ਕੇ ਵਿੱਚ ਕੰਸ਼ੀ ਦੇ ਆ ਗਿਆ, ਬੇਗਮਪੁਰੇ ਦਾ ਵਾਸੀ ਚੱਲ ਕੇ ਵਿੱਚ ਕੰਸੀ ਦੇ ਆ ਗਿਆ, ਬੇਗਮਪੁਰੇ ਦਾ ਵਾਸੀ ਚੱਲ ਕੇ ਵਿੱਚ ਕਾਂਸ਼ੀ ਦੇ ਆ ਗਿਆ, ਬੇਗਮਪੁਰੇ ਦਾ ਵਾਸੀ ਚੱਲ ਕੇ ਵਿੱਚ ਕਾਂਸੀ ਦੇ ਆ ਗਿਆ। ਕਾਂਸੀ ਦੇ ਆਇਆ ਚੱਲ ਕੇ ਵਿੱਚ ਕਾਂਸੀ ਦੇ ਆ ਗਿਆ, ਵਿੱਚ ਕਾਂਸੀ ਦੇ ਆਇਆ ਚੱਲ ਕੇ ਵਿੱਚ ਕਾਂਸੀ ਦੇ ਆ ਗਿਆ। ਕਾਂਸੀ ਦੇ ਆ ਗਿਆ, ਵਿੱਚ ਕਾਂਸੀ ਦੇ ਆਇਆ, ਵਿੱਚ ਕਾਂਸੀ ਦੇ ਆ ਗਿਆ।
ਕੇ ਵਿੱਚ ਕੰਸੀ ਦੇ ਆ ਗਿਆ। ਬੇਗਮਪੁਰੇ ਦਾ ਵਾਸੀ ਚੱਲ ਕੇ ਵਿੱਚ ਕੰਸੀ ਦੇ ਆ ਗਿਆ। ਮਹਾਰਾਜ ਜੀ ਨੇ ਅੱਜ ਦੇ ਦਿਨ ਅਵਤਾਰ ਧਾਰਿਆ, ਜਿੱਥੋਂ ਤੱਕ ਵੀ ਪਤਾ ਲੱਗਦਾ ਸਾਹਿਬਾਂ ਦੇ ਬਾਲ ਸਰੂਪ ਦੇ ਦਿਦਾਰੇ। ਇੱਕ ਝਲਕ ਪਾਉਣ ਦੇ ਲਈ ਸਾਧ ਸੰਗਤ ਜੀ ਸੰਗਤ ਉਮੜ ਰਹੀ ਹੈ, ਅਤੇ ਉਸ ਵਕਤ ਜਾਤ ਪਾਤ ਦਾ ਬਹੁਤਾ ਜਿਹੜਾ ਬੋਲਬਾਲਾ ਹੈ, ਅਤੇ ਪਰ ਮਹਾਰਾਜ ਜੀ ਦਾ ਸਾਧ ਸਾਈਂ ਜੋ ਬਚਪਨ ਹੈ, ਬਚਪਨ ਦੇ ਬੇਅੰਤਾਂ ਕੌਤਕ, ਜਿਹੜਾ ਕੋਈ ਦਿਦਾਰੇ ਕਰਦਾ ਸਾਧ ਸੰਗਤ ਜੀ ਮਹਾਰਾਜ ਜੀ ਦੇ ਚਰਨਾਂ ਦੇ ਜੋਗਾ ਹੀ ਹੋ ਰਹਿੰਦਾ। ਬਚਪਨ ਦੇ ਵਿੱਚ ਬੇਅੰਤਾਂ ਉੱਥੇ ਕਾਂਸ਼ੀ ਦੇ ਵਿੱਚ ਕੌਤਕ ਕੀਤੇ, ਉਮਰ ਹੋ ਗਈ ਪੜ੍ਹਨ ਦੀ, ਸਾਧ ਸੰਗਤ ਜੀ ਅੱਜ ਵੀ ਹੈ ਜਦੋਂ ਬੱਚਾ ਪੜ੍ਹਨ ਦੇ ਯੋਗ ਹੁੰਦਾ, ਕਿਉਂਕਿ ਦੋ ਅੱਖਾਂ ਆਪਣੀਆਂ ਇਹ ਨੇ, ਤੀਜਾ ਨੇਤਰ ਜਿਹੜੀਆਂ ਤੀਜੀ ਅੱਖ ਆ ਉਹ ਵਿੱਦਿਆ ਨੂੰ ਮੰਨਿਆ ਗਿਆ, ਐਜੂਕੇਸ਼ਨ ਨੂੰ ਵੀ। ਇਸ ਐਜੂਕੇਸ਼ਨ ਜਿਹੜੀ ਦੁਨਿਆਵੀ ਅੱਖਰ ਨੇ ਇਹਦੇ ਬਿਨਾਂ ਇਨਸਾਨ ਆ ਜਿਹੜਾ ਸਾਧ ਸੰਗਤ ਜੀ ਉਹਨੂੰ ਪੜ੍ਹਿਆ ਲਿਖਿਆ ਨਹੀਂ ਆਖਿਆ ਜਾਂਦਾ, ਵਿੱਦਿਆ ਨੂੰ ਤੀਜਾ ਨੇਤਰ ਕਹਿੰਦੇ ਨੇ। ਅੱਜ ਦੀ ਤਰ੍ਹਾਂ ਸਕੂਲਾਂ ਦੇ ਵਿੱਚ ਨਹੀਂ ਸੀ ਪੜ੍ਹਾਈ ਹੁੰਦੀ, ਉਦੋਂ ਜਿਹੜੇ ਧਾਰਮਿਕ ਕੇਂਦਰ ਹੁੰਦੇ ਉਹਨਾਂ ਵਿੱਚ ਪੜ੍ਹਾਈ ਹੁੰਦੀ, ਉਹਨੂੰ ਪਾਠਸ਼ਾਲਾ ਕਹਿੰਦੇ ਨੇ। ਅਤੇ ਉਸ ਵਕਤ ਦਾ ਜਿਹੜਾ ਜ਼ਿਕਰ ਹੈ ਸਾਧ ਸਾਈਂ, ਜਿਹੜਾ ਕੰਮ ਕਾਰ ਹੈ ਜੱਦੀ ਪੁਸ਼ਤੀ, ਉਹ ਹੈ ਚਮੜੇ ਦਾ ਪਿਤਾ ਜੀ ਕੰਮ ਕਰਦੇ ਨੇ, ਚੰਗਾ ਵਪਾਰ ਹੈ, ਭਗਤ ਭਗਤ ਜਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਭਾਈ ਗੁਰਦਾਸ ਜੀ ਗਿਆਨ ਕਰਾਉਂਦੇ ਨੇ ਆਪਣੀਆਂ ਵਾਰਾਂ ਦੇ ਵਿੱਚ, ਅਤੇ ਪੰਡਿਤ ਸ਼ਾਰਦਾ ਆਨੰਦ ਦੇ ਪਾਸ ਸਾਧ ਸਾਈਂ ਭਾਵੇਂ ਸ਼ੂਦਰਾਂ ਨੂੰ ਜਿਹਨੂੰ ਸਮਾਜ ਆਖਦਾ ਨੀਚ ਨੇ, ਇਹਨਾਂ ਨੂੰ ਇਹਨੂੰ ਅਧਿਕਾਰ ਨਹੀਂ ਨਾ ਵੇਦ ਪੜ੍ਹਨ ਦੇ ਨਾ ਬਾਣੀ, ਸਾਧ ਸਾਈਂ ਜੀ ਨਾ ਕੋਈ ਮੰਦਰ ਨਾ ਸੰਗਤ ਵਿੱਚ ਜਾਣਾ ਨਾ ਨਾਮ ਨੂੰ ਸੁਣਨਾ ਪਰਮੇਸ਼ਰ ਦੇ ਨਾਮ ਨੂੰ। ਇੱਥੋਂ ਤੱਕ ਸੀ ਵੀ ਜੇ ਕਿਤੇ ਸ਼ੂਦਰ ਨੀਚ ਨੇ ਨਾ ਅਧਿਕਾਰ ਨਹੀਂ ਸੰਗਤ ਵਿੱਚ ਜਾਣ ਦਾ, ਜੇ ਕਿਤੇ ਉਹਦੇ ਕੰਨਾਂ ਦੇ ਵਿੱਚ ਰੱਬ ਦਾ ਨਾਮ ਪੈ ਗਿਆ ਨਾ ਸਾਧ ਸੰਗਤ ਜੀ, ਉਹਨੇ ਨਾਮ ਨੂੰ ਹੀ ਭ੍ਰਿਸ਼ਟ ਕਰ ਦਿੱਤਾ, ਉਹਦੇ ਕੰਨਾਂ ਵਿੱਚ ਸਿੱਕਾ ਢਾਲ ਕੇ ਪਾ ਦਿਓ, ਐਸਾ ਵਿਧਾਨ ਸੀ। ਅਤੇ ਇੱਧਰ ਪੁੱਛ ਲਓ ਮਹਾਰਾਜ ਜੀ ਨੂੰ, ਸਾਧ ਸੰਗਤ ਜੀ ਫੁਨਹੇ ਮਹੱਲਾ ਪੰਜਵਾਂ ਦੇ ਵਿੱਚ 1361 ਅੰਗ ਦੇ ਉੱਤੇ ਸਾਹਿਬ ਕਿਰਪਾ ਕਰਦੇ ਨੇ, ਪੰਚਮ ਪਾਤਸ਼ਾਹ ਨੈਣ ਨਾ ਦੇਖਿਆ ਸਾਧ ਸੀ ਨੈਣ ਵਿਹਾਲਿਆ, ਜਿਹੜੇ ਨੈਣ ਜਿਹੜੇ ਨੇਤਰ ਰੱਬ ਦੇ ਪਿਆਰਿਆਂ ਦੇ ਗੁਰੂ ਸਾਹਿਬ ਦੇ ਸਾਧ ਸਾਈਂ ਦਰਸ਼ਨ ਨਹੀਂ ਨਾ ਲੋਚਦੇ, ਉਹ ਨੈਣ ਉਹ ਅੱਖਾਂ ਨੇਤਰ ਦੁਖੀਏ ਨੇ, ਕਰਨ ਨਾ ਸੁਣੀ ਨਾਦ ਕਰਨ ਮੁੰਦ ਘਾਲੇ ਆ, ਜਿਹੜੇ ਕੰਨ ਗੁਰਬਾਣੀ ਸਾਧ ਸੰਗਤ ਜੀ ਗੁਰੂ ਕਾ ਉਪਦੇਸ਼ ਮਹਾਂਪੁਰਖਾਂ ਦੇ ਬਚਨ ਅੰਮ੍ਰਿਤ ਗੁਰਬਾਣੀ ਨੂੰ ਸੁਣਨਾ ਅੱਛਾ ਨਹੀਂ ਨਾ ਸਮਝਦੇ, ਕਰਨਾ ਸੁਣ ਹੀ ਨਾਦ ਕਰਨ ਮੁੰਦ ਘਾਲਿਆ, ਗੁਰੂ ਸਾਹਿਬ ਕਹਿੰਦੇ ਉਹਨਾਂ ਦੇ ਕੰਨਾਂ ਦੇ ਵਿੱਚ ਤਾਂ ਸਿੱਕਾ ਢਾਲ ਕੇ ਪਾ ਦੇਣਾ ਚਾਹੀਦਾ। ਆਖੋ ਸਤਨਾਮ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀ ਹੈ, ਜਿਹੜੀ ਰਸਨਾ ਜਿਹੜੀ ਜਵਾਨ ਨਾਮ ਨਹੀਂ ਨਾ ਜਪਦੀ ਉਹਨੂੰ ਇੰਨੀ ਭੋਰਾ ਭੋਰਾ ਕਰਕੇ, ਕਿਉਂ? ਕਿਉਂਕਿ ਘੱਟੋ ਘੱਟ ਨਰਕਾਂ ਵਿੱਚ ਜਾਣ ਤੋਂ ਉਹ ਬਚਜੂ ਜੀਵ। ਸਾਧ ਸਾਈਂ ਜੀ ਜੇ ਨਾਮ ਨਹੀਂ ਨਾ ਜਪਦੀ ਫਿਰ ਉਹਨੇ ਨਿੰਦਾ ਚੁਗਲੀ ਤਾਂ ਕਰਨੀ ਹੈ। ਸਾਧ ਸੰਗਤ ਜੀ ਮਹਾਰਾਜ ਕਹਿੰਦੇ ਤੁਮੀ ਤੁਮਾਂ ਵਿਸ਼ ਅਕਤ ਧੂਰਾ ਨਿੰਮ ਫਲ, ਇਹ 6 ਤਰ੍ਹਾਂ ਦੇ ਕੁੜੱਤਣ ਨੇ, 6 ਤੁਮੀ ਤੁਮਾਂ ਸਿਆਣੀ ਸੰਗਤ ਬੈਠੀ ਆ, ਤੁਮੀ ਤੁਮਾਂ ਵਿਸ਼ ਇਹ ਜ਼ਹਿਰ, ਅੱਕ ਧੂਰਾ ਅਤੇ ਨਿੰਮ ਫਲ, ਨਿੰਮ ਫਲ ਜਿਹੜਾ ਨਿੰਮ ਦਾ ਫਲ ਹੁੰਦਾ ਨਿਮੋਲੀਆਂ ਕਹਿੰਦੇ ਆ, ਇਹ ਸਾਰੇ ਜ਼ਹਿਰ ਹੀ ਨੇ, ਅੱਤ ਦੇ ਕੌੜੇ ਨੇ। ਮਹਾਰਾਜ ਕਹਿੰਦੇ ਮਨਮੁਖ ਵਸੈ ਤਿਸ ਜਿਸ ਤੂੰ ਚੇਤਨਾ ਆਵਹੀ, ਕਹਿੰਦੇ ਜਿਹਨੂੰ ਉਹਦਾ ਨਾਮ ਇਸ ਜਵਾਨ ਨਾਲ ਚੇਤੇ ਨਹੀਂ ਨਾ ਆਉਂਦਾ, ਇਹ 6 ਕੜੱਤਣ ਉਹਦੀ ਜਵਾਨ 'ਤੇ ਵੱਸਦੇ ਨੇ। ਆਖੋ ਸਤਨਾਮ, ਵਡਿਆਈ ਕੀਤੀ ਹੈ ਨਾਮ ਦੀ ਸਾਰੀ ਗੁਰਬਾਣੀ ਦੇ ਅੰਦਰ। ਨਾਮ ਜਪਣ ਆਇਆ, ਕੰਮ ਕਾਰ ਕਰਨੇ ਆ, ਗ੍ਰਿਸਤ ਜੀਵਨ ਵੀ ਡਿਊਟੀਆਂ ਵੀ ਸਾਰੀਆਂ 'ਤੇ ਨਿਭਾਉਣੀਆਂ ਨੇ, ਪਰ ਇਹਨਾਂ ਸਾਰਿਆਂ ਦੇ ਨਾਲ ਨਾਲ ਤੇਰਾ ਮੁੱਖ ਪਰਮ ਪ੍ਰਯੋਜਨ ਆ ਉਹ ਕੀ ਆ, ਹਰ ਰੋਜ਼ ਆਪਾਂ ਪੜ੍ਹਦੇ ਹਾਂ ਭਈ ਪ੍ਰਾਪਤ ਮਾਨੁਕ ਦੇਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ। ਇਹ ਹੋਕਾ ਕੌਣ ਦਿੰਦੇ ਨੇ? ਸਾਧੂ ਜਨ ਰੱਬ ਦੇ ਪਿਆਰੇ ਨਾਮ ਦੇ ਰਸੀਏ,
ਕਿਉਂਕਿ ਸਤਿਸੰਗ ਜੀ ਜਿਹੜਾ ਜਿਸ ਕੰਮ ਦੇ ਵਿੱਚ ਜਿਹਦੀ ਮੁਹਾਰਤ ਹੋਊਗਾ ਉਹ ਉਹੀ ਕੰਮ ਉਹਦੇ ਪਾਸੋਂ ਸਿੱਖਿਆ ਜਾ ਸਕਦਾ। ਅਤੇ ਜਿਹੜੀ ਨਾਮ ਦੀ ਮਹਿਮਾ, ਨਾਮ ਦੀ ਵਡਿਆਈ ਆ ਸੰਸਾਰ ਨੂੰ ਨਹੀਂ ਪਤਾ ਕਿਹਨੂੰ ਆ, ਗੁਰਬਾਣੀ ਕਹਿੰਦੀ ਹੈ ਨਾਮ ਕੀ ਮਹਿਮਾ ਸੰਤ ਰਿਦ ਵਸੈ। ਉਹਦੀ ਵਡਿਆਈ, ਉਹਦੀ ਮਹਿਮਾ ਕਿਹਦੇ ਹਿਰਦਿਆਂ 'ਚ, ਨਾਮੀਆਂ ਦੇ। ਉਹਨੂੰ ਮਹਾਂਪੁਰਖ ਕਹਿ ਦਈਏ, ਸਾਧੂ ਕਹਿ ਦਈਏ, ਅਤੇ ਉਹੀ ਸਾਧ ਸੰਗਤ ਜੀ ਸੁਮੱਤ ਦਿੰਦੇ ਨੇ ਭਲਿਓ ਇਸ ਸੰਸਾਰ ਦੇ ਵਿੱਚ ਕਾਹਦੇ ਲਈ ਆਏ ਹਾਂ। ਪੀਰ ਪੈਗੰਬਰ ਅਵਤਾਰ ਜਨ ਭੁੱਲੀ ਭੁਲਾਈ ਲੁਕਾਈ ਨੂੰ ਸਿੱਧੇ ਰਸਤੇ ਪਾਉਣ ਆਇਆ ਕਰਦੇ ਨੇ। ਅਤੇ ਉਸ ਵਕਤ ਸਾਧ ਸੰਗਤ ਜੀ ਪੰਡਿਤ ਸ਼ਾਰਦਾਨੰਦ ਦੇ ਪਾਸ ਪਿਤਾ ਸੰਤੋਖ ਦਾਸ ਜੀ ਲੈ ਜਾਂਦੇ ਨੇ। 5 ਤੋਂ 6 ਸਾਲ ਦੀ ਉਮਰ ਹੈ ਸਤਿਗੁਰ ਮਹਾਰਾਜ ਜੀ ਦੀ। ਅਤੇ ਆਖਿਆ ਵੀ ਇਹਨਾਂ ਨੂੰ ਵੀ ਬਾਕੀ ਬੱਚਿਆਂ ਦੀ ਤਰ੍ਹਾਂ 2 ਅੱਖਰ ਗਿਆਨ ਦੇ ਸਿਖਾ ਦਿੰਦੇ। ਸਾਧ ਸੰਗਤ ਜੀ ਜਦੋਂ ਇੰਨੀ ਗੱਲ ਸੁਣੀ ਬੜਾ ਵਾਦ ਵਿਵਾਦ ਹੋ ਗਿਆ, ਨਹੀਂ ਨਹੀਂ ਨੀਚ ਇੱਥੇ ਬੈਠ ਨਹੀਂ ਸਕਦੇ। ਜਾਣਦੇ ਹਾਂ ਸਾਧ ਸੰਗਤ ਜੀ ਪਹਿਲੇ ਟਾਈਮਾਂ ਦੇ ਵਿੱਚ ਸਿਆਣੇ ਸੰਗਤ ਬੈਠੀ ਆ ਬਜ਼ੁਰਗਾਂ ਤੋਂ ਸੁਣੀ ਦਾ, ਸਾਧ ਸੰਗਤ ਜੀ ਇੱਥੋਂ ਤੱਕ ਸਾਰਾ ਕੁਛ ਵੱਖਰਾ ਹੋਇਆ ਕਰਦਾ ਜਾਤਾਂ ਦੇ ਆਧਾਰ ਦੇ ਉੱਤੇ, ਖਾਣ ਪਾਣ ਅਤੇ ਪਾਣੀ ਵੀ ਵੱਖਰਾ ਹੀ ਹੋਇਆ ਕਰਦਾ। ਕਹਿੰਦੇ ਨਹੀਂ ਨਹੀਂ ਇਹ ਬੈਠਣਾ ਤਾਂ ਦੂਰ ਦੀ ਗੱਲ, ਇਹ ਤਾਂ ਭਾਂਡੇ ਵੀ ਇਹਦੇ ਅਲੱਗ ਹੀ ਨੇ। ਆਖੋ ਸਤਨਾਮ, ਪਰ ਤਪੀਸ਼ਰਾਂ ਦੀ ਤਰ੍ਹਾਂ ਉਹਨਾਂ ਦੇ ਬੁੱਲ ਨੇ, ਚਿਹਰਾ ਦਗਦਾ ਕਰਦਾ, ਚੌੜਾ ਮੱਥਾ ਨੂਰ ਏ ਚਿਹਰੇ 'ਤੇ, ਜਿਹੜਾ ਦਰਸ਼ਨ ਕਰਦਾ ਕਸ਼ਿਸ਼ ਐਸੀ ਖਿੱਚਿਆ ਜਾਂਦਾ। ਚਲੋ ਅਸੀਂ ਨੀਚ ਸ਼ੂਦਰ ਨੂੰ ਬਿਠਾਉਂਦੇ ਨਹੀਂ, ਪੜ੍ਹਾ ਨਹੀਂ ਸਕਦੇ, ਅਤੇ ਮਹਾਰਾਜ ਜੀ ਨੂੰ ਸਾਧ ਸੰਗਤ ਜੀ ਸਤਿਕਾਰ ਸਾਰੇ ਕਰਦੇ ਨੇ। ਉਸ ਬਾਲ ਸਰੂਪ ਗੁਰੂ ਬਾਬਾ ਜੀ ਦਾ ਬਿਠਾ ਦਿੱਤਾ ਉਸ ਪਾਠਸ਼ਾਲਾ ਦੇ ਵਿੱਚ। ਅਤੇ ਸ਼ਾਰਦਾਨੰਦ ਨੂੰ ਜਿਹੜੇ ਬਾਕੀ ਵਿਦਵਾਨ ਨੇ ਨਾ ਉਹਦੀ ਵਿਰੋਧਤਾ ਕਰਦੇ ਨੇ ਵੀ ਕੀ ਕੀਤਾ ਪੰਡਿਤ ਜੀ ਤੁਸੀਂ ਇਹਨਾਂ ਨੂੰ ਇੱਥੇ ਪਾਠਸ਼ਾਲਾ ਵਿੱਚ, ਇਹ ਬੈਠ ਨਹੀਂ ਸਕਦਾ ਉੱਚਿਆਂ ਦੇ ਨਾਲ, ਸਵਰਨ ਜਾਤੀ ਵਾਲਿਆਂ ਦੇ ਨਾਲ ਇਹਨਾਂ ਨੂੰ ਵਿੱਦਿਆ ਤੁਸੀਂ ਕਹਿੰਦੇ ਹੋ। ਸਾਧ ਸੰਗਤ ਜੀ ਹੁਣ ਵੱਡੇ ਸੀ, ਉਹ ਪਾਠਸ਼ਾਲਾ ਵਿੱਚ ਸਤਿਕਾਰ ਕੀਤਾ, ਬਿਠਾ ਲਿਆ। ਅਤੇ ਮਜ਼ਾਕ ਕਰਦੇ ਨੇ ਜਿਹੜੇ ਸਾਧ ਸੰਗਤ ਜੀ ਉਸ ਪਾਠਸ਼ਾਲਾ ਦੇ ਵਿੱਚ ਨੇ ਨਾ, ਜਿਹੜੇ ਪੰਡਿਤ ਜਨ ਨੇ ਵਿਦਵਾਨ ਜਨ ਨੇ, ਉਹਨਾਂ ਨੂੰ ਮਜ਼ਾਕ ਕਰਦੇ ਨੇ ਵੀ ਇਹ ਇਹਨਾਂ ਦੇ ਕਰਮਾਂ ਵਿੱਚ ਵਿੱਦਿਆ ਕਿੱਥੇ, 1-2 ਦਿਨ ਲੰਘੇ ਨੇ। ਅਤੇ ਜਦੋਂ ਸਬਕ ਸ਼ੁਰੂ ਹੋਇਆ ਨਾ, ਅਤੇ ਬਾਬਾ ਜੀ ਗੁਰੂ ਬਾਬਾ ਜੀ ਉਹਨਾਂ ਜਾਤ ਦੇ ਅਭਿਮਾਨੀ ਆ ਸਾਧ ਸੰਗਤ ਜੀ, 4 ਤਰ੍ਹਾਂ ਦੀ ਹਉਮੈ ਮੰਨੀ ਆ ਸਾਧ ਸੰਗਤ ਜੀ, ਵਿੱਦਿਆ ਦਾ ਮਾਣ, ਕਰਮਾਂ ਦਾ ਮਾਣ, ਪਦਾਰਥ ਦਾ ਮਾਣ ਸਾਧ ਸੰਗਤ ਜੀ, ਅਤੇ ਰਾਜ ਦਾ। ਇਹ ਮਾਣ ਹੰਕਾਰ ਦੇ ਵਿੱਚ ਐਡੇ ਐਡੇ ਹੋਏ ਫਿਰਦੇ ਨੇ ਸਾਧ ਸੰਗਤ ਜੀ, ਮਹਾਰਾਜ ਜੀ ਬੈਠ ਕੇ ਵਿਰਾਜ ਗਏ ਨੇ ਹੰਕਾਰ ਦੇ ਵਿੱਚ ਉਸ ਪਾਠਸ਼ਾਲਾ 'ਚ ਪੰਡਿਤ। ਅਤੇ ਧੰਨ ਸਤਿਗੁਰ ਅਵਦਾਸ ਮਹਾਰਾਜ ਜੀ, 5-6 ਸਾਲ ਦੀ ਉਮਰ ਹੈ, ਮਹਾਰਾਜ ਜੀ ਨੇ ਉਸ ਪਾਠਸ਼ਾਲਾ ਦੇ ਵਿੱਚ ਰਾਮਕਲੀ ਰਾਗ ਦੇ ਅੰਦਰ ਇੱਕ ਸ਼ਬਦ ਉਚਾਰਨ ਕੀਤਾ। ਗੁਰੂ ਬਾਬਾ ਜੀ ਕੀ ਕਹਿੰਦੇ, ਕਹਿੰਦੇ ਪੜੀਐ ਗੁਣੀਐ ਨਾਮ ਸਭ ਸੁਣੀਐ, ਅਨਭਉ ਭਉ ਨਹੀਂ ਦਰਸੈ। ਕਹਿੰਦੇ ਜਿੰਨਾ ਚਿਰ ਤੱਕ ਮਰਜ਼ੀ ਸਾਰੇ ਵੇਦਾਂ ਨੂੰ ਸ਼ਾਸਤਰਾਂ ਨੂੰ ਪੜ੍ਹ ਲਈਏ ਸਾਧ ਸੰਗਤ ਜੀ, ਉਹਦੇ ਗਿਆਤੇ ਕਿਉਂ ਨਾ ਬਣ ਜਾਈਏ ਸਾਧ ਸੰਗਤ, ਅਨਭਉ ਭਉ ਨਹੀਂ ਦਰਸੈ। ਪਰ ਉਹਨਾਂ ਚਿਰ ਤੱਕ ਯਥਾਰਥਕ ਗਿਆਨ ਨਹੀਂ ਹੋਣਾ। ਗਿਆਨ ਇਹ ਨਹੀਂ ਗਾ ਵੀ 4 ਕਿਤਾਬਾਂ ਪੜ੍ਹ ਲਈਆਂ, 2 ਅੱਖਰ ਪੜ੍ਹ ਲਏ ਗਿਆਨ ਹੋ ਗਿਆ, ਨਹੀਂ ਨਹੀਂ ਇਹ ਗਿਆਨ ਨਹੀਂ ਗਾ। ਜਿਹੜਾ ਅਸਲ ਗਿਆਨ ਆ, ਅਸਲ ਗਿਆਨ ਕੀ ਆ, ਤੂੰ ਕੌਣ ਆ, ਕਿੱਥੋਂ ਆਇਆ, ਕਿਹੜੀ ਤੇਰੀ ਮੰਜ਼ਿਲ ਹੈ, ਕਿਹਦੇ ਲਈ ਤੈਨੂੰ ਮਾਤ ਲੋਕ ਸੰਸਾਰ ਦੇ ਵਿੱਚ ਭੇਜਿਆ ਹੈ। ਸਤਿ ਸੰਗਤ ਜੀ, ਸੰਤ ਬਾਬਾ ਬਰਿਆਮ ਸਿੰਘ ਜੀ ਰਤਵਾੜਾ ਸਾਹਿਬ ਵਾਲੇ ਨਾ, ਜਦੋਂ ਉਹ ਬਚਨ ਸਾਂਝਾ ਕਰਦੇ ਨੇ ਦੀਵਾਨ ਦੇ ਵਿੱਚ, ਕਹਿੰਦੇ ਜਦੋਂ ਮੇਰੀ 15-17 ਕੁ ਸਾਲ ਦੀ ਉਮਰ ਸੀ, ਮੈਂ ਪਹਿਲੀ ਵਾਰੀ ਗਿਆ ਰਾੜੇ ਵਾਲੇ ਸਤਿਪੁਰਖਾਂ ਦੇ ਪਾਸ, ਪਰਮ ਸੰਤ ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲੇ। ਇਉਂ ਸੰਗਤ ਬੈਠੀ ਬਿਰਾਜੇ ਹੋਏ ਨੇ, ਕਹਿੰਦੇ ਮੈਂ ਜਾ ਕੇ ਨਮਸਕਾਰ ਕੀਤੀ ਅਤੇ ਹੱਥ ਜੋੜ ਕੇ ਖਲੋ ਗਿਆ। ਮੈਨੂੰ ਪੁੱਛਣ ਲੱਗੇ ਮਹਾਂਪੁਰਖ, ਕਹਿੰਦੇ ਨਾਮ ਕੀ ਆ ਕਾਕਾ ਤੇਰਾ? ਕਹਿੰਦੇ ਮੈਂ ਹੱਥ ਜੋੜ ਕੇ ਖੜ੍ਹਾ ਰਿਹਾ, ਨੀਵੀਂ ਪਾਈ ਹੋਈ ਆ। ਅਤੇ ਫਿਰ ਬਾਬਾ ਜੀ ਨੇ ਪੁੱਛਿਆ, ਕਹਿੰਦੇ ਕਾਕਾ ਤੇਰਾ ਨਾਮ ਕੀ ਆ? ਫਿਰ ਸੰਗਤ ਬੈਠੀ ਮੈਨੂੰ ਹਿਲਾ ਕੇ ਕਹਿਣ ਲੱਗੀ ਵੀ ਸੰਤ ਮਹਾਰਾਜ ਜੀ ਕੁਛ ਪੁੱਛਦੇ ਨੇ, ਦੱਸੋ ਇਹਨਾਂ ਨੂੰ। ਸਤ ਸੰਗਤ ਜੀ ਕਹਿੰਦੇ ਮੈਂ ਫਿਰ ਖਲੋਇਆ ਰਿਹਾ, ਅੰਦਰੋਂ ਅੰਦਰ ਹੀ ਮੇਰੇ ਇਹ ਗੱਲ ਚੱਲ ਰਹੀ ਹੈ, ਜੇ ਮੈਂ ਇਹ ਦੱਸਿਆ ਇਹਨਾਂ ਨੂੰ ਮੇਰਾ ਨਾਮ ਬਰਿਆਮ ਸਿੰਘ ਆ ਤਾਂ
ਇਹਦਾ ਮਤਲਬ ਇਹ ਗੱਲ ਸਹੀ ਨਹੀਂ ਗੀ। ਜਦੋਂ ਮੈਂ ਪੈਦਾ ਹੋਇਆ ਨਾ, ਮੇਰੀ ਅਲੱਗ ਪਹਿਚਾਣ ਰੱਖਣ ਦੇ ਲਈ ਮੇਰੇ ਘਰਦਿਆਂ ਨੇ ਮੇਰਾ ਨਾਮ ਬਰਿਆਮ ਸਿੰਘ ਰੱਖ ਦਿੱਤਾ। ਇਹਦਾ ਮਤਲਬ ਮੈਂ ਬਰਿਆਮ ਸਿੰਘ ਨਹੀਂ ਗਾ, ਆਖੋ ਸਤਨਾਮ। ਕਹਿੰਦੇ ਜੇ ਮੈਂ ਕਹਿਤਾ ਮੇਰਾ ਜਿਹੜਾ ਮਹਾਰਾਜ ਕਹਿੰਦੇ ਨਾਮ ਕੀ ਆ, ਕਿੱਥੋਂ ਆਇਆ? ਫਿਰ ਮੈਂ ਅੰਦਰੋਂ ਅੰਦਰੀ ਸੋਚ ਰਿਹਾ, ਜੇ ਮੈਂ ਕਹਿਤਾ ਵੀ ਮਹਾਰਾਜ ਮੈਂ ਧਮੋਟ ਤੋਂ ਆਇਆ ਚੱਲ ਕੇ, ਇਹ ਧਮੋਟ ਤਾਂ ਮੈਂ ਹੁਣ ਆਇਆ, ਮੈਂ ਇਸ ਜਦੋਂ ਮੈਂ ਪੈਦਾ ਹੋਇਆ, ਇਹਦਾ ਮਤਲਬ ਮੈਂ ਪਹਿਲਾਂ ਵੀ ਕੁਛ ਸੀ। ਅਤੇ ਸੰਗਤ ਬੈਠੀ ਆ, ਬਾਬਾ ਜੀ ਨੇ ਇਸ਼ਾਰਾ ਸੰਗਤ ਨੂੰ ਕਰਤਾ ਵੀ ਤੁਸੀਂ ਨਹੀਂ ਬੋਲਣਾ। ਅਤੇ ਕਹਿੰਦੇ ਫਿਰ ਆਖਿਆ ਮਹਾਰਾਜ ਨੇ, ਕਾਕਾ ਤੂੰ ਕੌਣ ਹੈ, ਕਿੱਥੋਂ ਆਇਆ ਚੱਲ ਕੇ ਸਾਧ ਸੰਗਤ ਜੀ? ਅਤੇ ਕਹਿੰਦੇ ਮੇਰੇ ਅੱਖਾਂ ਨਮ ਹੋ ਗਈਆਂ, ਹੱਥ ਜੋੜੇ ਹੋਏ ਨੇ। ਮੈਂ ਮਹਾਰਾਜ ਜੀ ਨੂੰ ਆਖਿਆ, ਸੰਤ ਮਹਾਰਾਜ ਜੀ ਨੂੰ, ਕਹਿੰਦੇ ਮਹਾਰਾਜ ਮੈਂ ਤੁਹਾਡੇ ਕੋਲ ਇਹੀ ਪੁੱਛਣ ਆਇਆ, ਮੈਂ ਕੌਣ ਆ, ਮੇਰੀ ਮੰਜ਼ਿਲ ਕੀ ਹੈ, ਮੈਂ ਕਿੱਥੇ ਜਾਣਾ? ਆਖੋ ਸਤਨਾਮ। ਅਸਲ ਆਪਣੇ ਆਪੇ ਦਾ ਗਿਆਨ, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਇਹੀ ਗਿਆਨ ਕਰਾਉਣ ਵਾਸਤੇ ਸਤਿਪੁਰਖ ਅਵਤਾਰ ਸੰਸਾਰ ਵਿੱਚ ਆਇਆ ਕਰਦੇ। ਆਪਾਂ ਸਾਰੇ ਭੁੱਲੇ ਹੋਏ ਹਾਂ, ਭਰਮ ਦਾ ਪਰਦਾ ਸਾਡੇ ਮਨ 'ਤੇ ਪਿਆ ਹੋਇਆ ਹੈ। ਅਤੇ ਸਾਧ ਸਾਈਂ ਉਹ ਹੰਕਾਰ ਦੇ ਵਿੱਚ, ਮਾਣ ਦੇ ਵਿੱਚ ਜਦੋਂ ਬੈਠੇ ਨੇ ਨਾ, ਮਹਾਰਾਜ ਜੀ ਨੇ ਇਹ ਬਚਨ ਉਚਾਰਨ ਕੀਤਾ ਉਹਨਾਂ ਅਭਿਮਾਨੀਆਂ ਦੇ ਪ੍ਰਤੀ, ਸਾਡੇ ਵੀ ਜਿਹੜਾ ਮਾਣ ਲਾਉਂਦੇ ਨੇ ਮਨ ਦੇ ਵਿੱਚੋਂ। ਮਹਾਰਾਜ ਕਹਿੰਦੇ ਪੜ੍ਹੀਐ ਗੁਣੀਐ ਨਾਮ ਸਭ ਸੁਣੀਐ, ਅਨਭਉ ਭਉ ਨਹੀਂ ਦਰਸੈ। ਜਿੰਨਾ ਚਿਰ ਤੱਕ ਮਰਜ਼ੀ ਤੁਸੀਂ ਕਹਿੰਦੇ ਅਸੀਂ ਵੇਦਾਂ ਦੇ ਗਿਆ ਤਾਂ ਸ਼ਾਸਤਰਾਂ ਦੇ ਅਧਿਐਨ ਕੀਤਾ ਹੋਇਆ, ਪੜ੍ਹੇ ਹੋਏ ਹਾਂ, ਪਰ ਕਹਿੰਦੇ ਤੁਸੀਂ ਕੱਖ ਵੀ ਨਹੀਂ ਪੜ੍ਹਿਆ, ਅਸਲ ਗਿਆਨ ਤਾਂ ਤੁਹਾਨੂੰ ਆਇਆ ਹੀ ਨਹੀਂ ਗਾ, ਹਾਲ ਤਾਂ ਜਾਤਾਂ ਪਾਤਾਂ ਦੇ ਝਗੜਿਆਂ ਵਿੱਚ ਹੀ ਪਏ ਹੋਏ ਹੋ। ਕਿਵੇਂ? ਅਗਲੀ ਪੰਗਤੀ ਮਹਾਰਾਜ ਕਹਿੰਦੇ, ਲੋਹਾ ਕਾਂਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਕਹਿੰਦੇ ਜਿਵੇਂ ਲੋਹਾ ਹੁੰਦਾ ਨਾ, ਉਹਨੂੰ ਗਰਮ ਕਰ ਦਈਏ, ਭੱਠੀ 'ਚ ਪਾ ਦਈਏ, ਸਾਧ ਸੰਗ ਜੀ ਉਹਦਾ ਟੈਂਪਰੇਚਰ ਇੰਨਾ ਕਰ ਦਈਏ, ਉਹ ਲਿਕੁਇਡ ਬਣ ਜਾਵੇ, ਪਾਣੀ ਬਣ ਜਾਵੇ, ਉਹ ਲੋਹਾ ਸੁਰਖ ਲਾਲ ਪਾਣੀ ਬਣ ਜਾਂਦਾ। ਜਿੰਨਾ ਮਰਜ਼ੀ ਉਹਦੇ ਥੱਲੇ ਅੱਗ ਲਾਈ ਜਾਈਏ, ਉਹਨੂੰ ਤਾਹ ਦੇਈ ਜਾਈਏ, ਪਰ ਕਦੇ ਉਹ ਸੋਨਾ ਨਹੀਂ ਬਣ ਸਕਦਾ। ਲੋਹਾ ਕਾਂਚਨ, ਲੋਹਾ ਲੋਹਾ ਲੋਹੇ ਨੂੰ ਕਹਿੰਦੇ ਆ, ਕਾਂਚਨ ਸੋਨੇ ਨੂੰ। ਲੋਹਾ ਕਾਂਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਉਹ ਸੋਨਾ ਨਹੀਂ ਬਣ ਸਕਦਾ, ਜਿੰਨਾ ਮਰਜ਼ੀ ਉਹਨੂੰ ਗਰਮ ਕਰੀ ਜਾਈਏ, ਜਿੰਨਾ ਚਿਰ ਤੱਕ ਉਹਨੂੰ ਪਾਰਸ ਦੀ ਵੱਟੀ ਦੀ ਸ਼ੋਹ ਨਹੀਂ ਨਾ ਮਿਲਦੀ, ਲੋਹਾ ਸੋਨਾ ਨਹੀਂ ਬਣ ਸਕਦਾ। ਸਾਧ ਸੰਗਤ ਜੀ ਉਹ ਹਉਮੈ ਦੇ ਮਾਣ ਵਿੱਚ ਭਰੇ ਹੋਏ ਨੇ, ਉਹਨਾਂ ਦੇ ਪ੍ਰਥਾਏ ਐਸੇ ਬਚਨ ਉਚਾਰ ਰਹੇ ਨੇ ਅਤੇ ਗਿਆਨ ਸਾਨੂੰ ਵੀ ਕਰਾ ਰਹੇ ਨੇ। ਅੱਜ ਵੀ ਸੰਸਾਰ ਦੀ ਫਿਤਰਤ ਹੋਈ ਪਈ ਹੈ ਅਤੇ ਮੂਰਖਾ ਆਪਣੇ ਅੰਦਰ ਝਾਤੀ ਮਾਰ, ਇਸ ਸੰਸਾਰ ਨੂੰ ਸਾਧ ਸੰਗਤ ਜੀ ਉਹ ਮਾਰ ਸੁੱਟਿਆ, ਤੈਨੂੰ ਹਉਮੈ ਵਾਲੇ ਰੋਗ ਨੇ ਮਾਰ ਸੁੱਟਿਆ, ਤੈਨੂੰ ਹਉਮੈ ਵਾਲੇ ਰੋਗ ਨੇ ਵਾਲੇ ਰੋਗ ਨੇ ਮਾਰ ਸੁੱਟਿਆ, ਤੈਨੂੰ ਹਉਮੈ ਵਾਲੇ ਰੋਗ ਨੇ ਕੀ।
ने मार फुटिया तेनू हमे वाले रोग ने लगना किसी नूं जावे हमें बड़ा रोग बुरा किते लगना किसी नूं जावे ए हमें बड़ा रोग बुरा ਦਿੱਤਾ ਸਾਧ ਸਾਈਂ ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ ਅਤ ਦਾ ਸੁੰਦਰ ਇਹ ਤਾਂ ਮਹਾਰਾਜ ਜਿਨ੍ਹਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਬੈਠੇ ਹਨ ਮਹਾਰਾਜ ਕਹਿੰਦੇ ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਉਹ ਕਾਹਦਾ ਮਾਣ ਕਰਦਾ ਇਹ ਤਾਂ ਹੱਡ ਮਾਸ ਨਾੜੀਆਂ ਐਂ ਇਕੱਠੀਆਂ ਕੀਤੀਆਂ ਨੇ ਉੱਤੇ ਲਿਪਾ ਪੋਚੀ ਕੀਤੀ ਆ ਕਿਸੇ ਦੇ ਥੋੜ੍ਹੀ ਜਿਹੀ ਸਾਫ਼ ਸੁਥਰੀ ਸੋਹਣੀ ਜੀ ਕਰਤੀ ਸਤਸਾਂ ਜੀ ਕਿਸੇ ਦੇ ਦਰਮਿਆਨੀ ਕਰਤੀ ਇਹ ਮਾਣ ਕਾਹਦਾ ਪ੍ਰਾਣੀ ਕਿਹਾ ਮੇਰਾ ਕਿਆ ਤੇਰਾ ਹੇ ਪ੍ਰਾਣ ਧਾਰੀ ਜੀਵ ਇਸ ਸੰਸਾਰ ਵਿੱਚ ਮੇਰ ਤੇਰਾ ਵਾਲੀ ਕਿਹੜੀ ਗੱਲ ਹੈ ਜੈਸੇ ਤਰਵਰ ਪੰਖ ਵਸੇਰਾ ਜਿਵੇਂ ਇੱਕ ਪੰਛੀ ਆਉਂਦਾ ਨਾ ਰਾਤ ਨੂੰ ਆਪਣੇ ਆਲਣੇ ਵਿੱਚ ਦਰਖਤ 'ਤੇ ਆ ਗਿਆ ਰਾਤ ਕੱਟੀ ਸਵੇਰ ਨੂੰ ਫਿਰ ਉਡਾਰੀ ਮਾਰ ਗਿਆ ਇੰਨਾ ਕਹੀ ਆਖੋ ਸਤਨਾਮ ਸਤਸੰਗ ਜੀ ਤੁਝੈ ਸੁਝੰਤਾ ਕਿਛ ਨਾਹੀ ਪਹਿਰਾਵਾ ਦੇਖ ਊਬ ਜਾਹੇ ਗੁਰੂ ਬਾਬਾ ਜੀ ਦੇ ਬਚਨ ਨੇ 40 ਸ਼ਬਦ ਮਹਾਰਾਜ ਦੀ ਪਾਵਨ ਗੁਰਬਾਣੀ ਵਿੱਚ ਜਿਨ੍ਹਾਂ ਦੇ ਗੁਰਪੁਰਬ ਦੇ ਸੰਬੰਧ ਵਿੱਚ ਬੈਠੇ ਹਾਂ ਆਪਾਂ ਗਰਭਵਤੀ ਕਾ ਨਾਹੀ ਠਾਓ ਤੇਰੀ ਗਰਭਧਨ ਉੱਪਰ ਲਵੈ ਕਾਓ ਤੂੰ ਕਾਹੇ ਗਰਭੈ ਬਾਵਲੀ ਹੇ ਮੂਰਖਨ ਜੀਵ ਇਸਤਰੀ ਤੂੰ ਕਾਹਦਾ ਮਾਣ ਕਰਦੀ ਆ ਮਹਿਲ ਮਾੜੀਆਂ ਦਾ ਧੀਆਂ ਪੁੱਤਰਾਂ ਦਾ ਧਨ ਜੋਬਨ ਦਾ ਜਵਾਨੀ ਦਾ ਸਾਧ ਸਾਈਂ ਜ਼ਮੀਨਾਂ ਜਾਇਦਾਦਾਂ ਦਾ ਕਾਹਦਾ ਰਾਜ ਭਾਗ ਦਾ ਸਮਾਜਿਕ ਸੰਸਾਰੀ ਅਹੁਦੇਦਾਰੀਆਂ ਦਾ ਇਹ ਸਭ ਫਨਾ ਹੋਣ ਵਾਲੇ ਆ ਸਾਧ ਸੰਗ ਜੀ ਤੂੰ ਕਾਏ ਗਰਭੈ ਬਾਵਲੀ ਜੈਸੇ ਭਾਦੋਂ ਖੂਬ ਰਾਜ ਤੂੰ ਤਿਸਤੇ ਕਰੀ ਉਤਾਵਲੀ ਇਹ ਜਿਵੇਂ ਭਾਦੋਂ ਦੇ ਮਹੀਨੇ 'ਚ
ਸਾਉਣ ਤੋਂ ਬਾਅਦ ਭਾਦੋਂ ਮਹੀਨਾ ਆਉਂਦਾ, ਧਰਤੀ ਦੀ ਗਰਮੀ ਦੇ ਨਾਲ ਮਹਾਰਾਜ ਜੀ ਗਿਆਨ ਕਰਾਉਂਦੇ ਨੇ ਵੀ ਖੁੰਭਾਂ ਆਪੇ ਹੀ ਪੈਦਾ ਹੋ ਜਾਂਦੀਆਂ ਨੇ, ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਉਹਨਾਂ ਦੀਆਂ ਛਤਰੀਆਂ, ਅਤੇ ਉਹ ਘੜੀਆਂ, ਦੋ ਘੜੀਆਂ ਦਾ ਉਹਨਾਂ ਦਾ ਰਾਜ ਹੁੰਦਾ, ਬਾਕ ਆਪੇ ਹੀ ਉਹ ਖਤਮ ਹੋ ਜਾਂਦੀਆਂ ਨੇ। ਮਹਾਰਾਜ ਕਹਿੰਦੇ ਜੈਸੇ ਭਾਦੋਂ ਖੂਬ ਰਾਜ, ਉਹ ਖੁੰਭਾਂ ਦਾ ਰਾਜ ਭਾਦੋਂ ਦੇ ਮਹੀਨੇ ਦੇ ਵਿੱਚ ਤੂੰ ਤਿਸ 'ਤੇ ਖਰੀ ਉਤਾਵਲੀ, ਉਹਦੀ ਤਾਂ ਮਿਆਦ ਹੈ ਵੀ ਇਹ ਘੜੀ ਦੋ ਘੜੀ ਖੜੀ ਰਹਿ ਜਾਣੀ ਆ, ਤੇਰੀ ਤਾਂ ਮਿਆਦ ਹੀ ਇੱਕ ਸਕਿੰਟ ਦੀ ਨੀਗੀ, ਇੱਥੇ ਪਤਾ ਨਹੀਂ ਲੱਗਣਾ ਸਾਧ ਸੰਗਤ ਜੀ, ਅਤੇ ਫਿਰ ਕਾਹਦਾ ਮਾਣ। ਜੈਸੇ ਤਰਵਰ ਪੰਖ ਵਸੇਰਾ, ਰਾਖੋ ਕੰਧ ਉਸਾਰੋ ਨੀਵਾ, ਸਾਢੇ ਤੀਨ ਹਾਥ ਤੇਰੀ, ਬੰਕੇ ਬਾਲ ਬਾ ਪਾਗ ਸਿਰ ਡੋ ਡੇਰੀ, ਇਹ ਤਨ ਹੋਏਗੋ ਭਸਮ ਕੀ ਟੇਰੀ, ਉੱਚੇ ਮੰਦਰ ਸੁੰਦਰ ਨਾਰੀ ਰਾਮ ਨਾਮ ਬਿਨ, ਮੇਰੀ ਜਾਤ ਕਮੀਨੀ ਪਾਤ ਕਮੀਨੀ, ਓਛਾ ਜਨਮ ਹਮਾਰਾ, ਤੁਮ ਸ਼ਰਨਾਗਤ ਰਾਜਾ ਰਾਮ ਚੰਦ ਕਹੋ ਰਵਿਦਾਸ। ਮਹਾਰਾਜ ਉਹ ਕਾਹਦਾ, ਅਤੇ ਸਾਧ ਸੰਗਤ ਜੀ, ਅਤ ਸੁੰਦਰ ਕੁਲੀਨ ਚਤਰ ਮੁੱਖ ਗਿਆਨੀ ਧਨਵੰਤ, ਅਤ ਦਾ ਸੁੰਦਰ ਹੋਵੇ, ਉੱਚੀ ਕੁੱਲ ਕੁਲੀਨ ਉੱਚੀ ਕੁੱਲ ਵਾਲਾ ਹੋਵੇ, ਚਤਰ ਚੁਲਾਹਕ ਬਹੁਤਾ ਹੋਵੇ, ਅਤੇ ਮੁੱਖ ਦਾ ਵਕਤਾ ਹੋਵੇ ਸਾਧ ਸੰਗਤ ਜੀ, ਅਤੇ ਧਨੀ ਬਹੁਤਾ ਹੋਵੇ। ਮਹਾਰਾਜ ਕਹਿੰਦੇ ਇਹ ਸਾਰੇ ਗੁਣ ਹੋਣ, ਪਰ ਜੇ ਮ੍ਰਿਤਕ ਕਹੀਏ ਨਾਨਕਾ, ਜੇ ਪ੍ਰੀਤ ਨਹੀਂ ਭਗਵੰਤ, ਜੇ ਉਹਦੇ ਹਿਰਦੇ 'ਚ ਨਾਮ ਨਹੀਂ ਨਾ ਵਸਿਆ ਹੋਇਆ, ਪਰਮੇਸ਼ੁਰ ਨਾਲ ਪ੍ਰੇਮ ਪ੍ਰੀਤੀ ਨਹੀਂ, ਤਾਂ ਉਹ ਤਾਂ ਸਾਧ ਸੰਗਤ ਜੀ ਸੰਸਾਰ ਵਿੱਚ ਮਰਿਆ ਹੋਇਆ ਹੀ ਫਿਰਦਾ ਵਾ। ਆਖੋ ਸਤਨਾਮ। ਐਸੇ ਬਾਣੀ ਦੇ ਬਾਣ, ਅਮੋਘ ਬਾਣ ਭਰ ਭਰ ਕੇ ਉਸ ਪੰਡਿਤ ਉਸ ਪਾਠਸ਼ਾਲਾ ਵਿੱਚ ਗੁਰੂ ਬਾਬਾ ਜੀ ਮਾਰ ਰਹੇ ਨੇ, ਕਹਿੰਦੇ ਪੜ੍ਹੀ ਹੈ ਗੁਣੀ ਹੈ ਨਾਮ ਸਭ ਸੁਣੀਆ ਅਨੁਭਵ ਭਉ ਨਹੀਂ ਦਰਸੈ, ਲੋਹਾ ਕੰਚਨ ਹਿਰਨ ਹੋਏ ਕੈਸੇ ਜੋ ਪਾਰਸੈ ਨਾ ਪਰਸੈ। ਸਾਧ ਸੰਗਤ ਜੀ, ਦੇਵ ਸੰਸੈ ਗਾਂਠ ਨਾ ਛੂਟੈ, ਕਾਮ ਕ੍ਰੋਧ ਮਾਇਆ ਮਦ ਮਤ ਸਰ, ਇਨ ਪੰਚੋ ਮਿਲ ਲੂਟੈ। ਕਹਿੰਦੇ ਇਹ ਸੰਸਿਆਂ ਦੀ ਗੱਠ ਐਵੇਂ ਨਹੀਂ ਖੁੱਲ੍ਹਣੀ ਜਿੰਨਾ ਤੱਕ ਅਸਲ ਗਿਆਨ ਨਹੀਂ ਹੁੰਦਾ, ਅਤੇ ਪੂਰੇ ਗੁਰਾਂ ਤੋਂ ਬਿਨਾਂ ਗਿਆਨ ਨਹੀਂ ਹੋਣਾ। ਸਾਧ ਸੰਗਤ ਜੀ, ਸੰਸਿਆਂ ਦੀ ਗੱਠ ਅੰਦਰ ਬੱਝੀ ਪਈ ਹੋਈ ਹੈ, ਤੁਹਾਨੂੰ ਪਤਾ ਕਾਮ ਕ੍ਰੋਧ ਲੋਹ ਮੋਹ ਹੰਕਾਰ ਇਹ ਭਾਰੇ ਭਾਰੂ ਨੇ, ਡਾਕੂ ਨੇ, ਇਹਨੇ ਲੁੱਟਿਆ ਪਿਆ ਹੈ, ਤੁਸੀਂ ਕਿੱਧਰ ਨੂੰ ਤੁਰੇ ਹੋਏ ਹੋ। ਸਾਧ ਸੰਗਤ ਜੀ, ਹਮ ਬੜ ਕਾਬੂ ਕੁਲੀਨ, ਹਮ ਪੰਡਿਤ ਹਮ ਜੋਗੀ ਸੰਨਿਆਸੀ, ਅਸੀਂ ਉੱਚੇ ਉੱਚੇ ਵੱਡੇ ਕਵੀ ਹਾਂ, ਅਸੀਂ ਧਨਾੜ, ਅਸੀਂ ਗਿਆਤਾਂ। ਸਾਧ ਸੰਗਤ ਜੀ, ਗੁਰੂ ਬਾਬਾ ਜੀ ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਵੇ ਨਾ ਜਾਸੀ, ਅਸੀਂ ਬੜੇ ਗਿਆਨੀ ਗੁਣੀ ਹਾਂ, ਵੇਦਾਂ ਸ਼ਾਸਤਰਾਂ ਦਾ ਅਧਿਐਨ ਕੀਤਾ ਹੋਇਆ ਹੈ। ਸਾਧ ਸੰਗਤ ਕਹੋ ਰਵਿਦਾਸ, ਸਭੇ ਨਹੀਂ ਸਮਝ ਇਸ ਭੂਲ ਪਰੇ ਜੈਸੇ ਬੌਰੇ। ਮਹਾਰਾਜ ਜੀ ਇਹ ਰਾਮਕਲੀ ਰਾਗ ਦੇ ਵਿੱਚ ਪਾਵਨ ਗੁਰਬਾਣੀ ਦਾ ਸ਼ਬਦ ਜੋ 973 ਅੰਗ ਦੇ ਉੱਤੇ ਸੁਭਾਏ ਮਾਨ ਹੈ, ਮੋਹੇ ਆਧਾਰ ਨਾਮ ਨਾਰਾਇਣ ਜੀਵਨ ਪ੍ਰਾਨ ਧਨ ਮੋਰ ਹੈ, ਕਾਹਦਾ ਮਾਣ ਕਾਹਦਾ ਹੰਕਾਰ। ਜਦੋਂ ਐਸੇ ਅਬੋਗ ਬਾਣ ਬਾਣੀ ਦੇ ਮਾਰੇ ਨਾ ਉਸ ਪਾਠਸ਼ਾਲਾ ਵਿੱਚ, ਐਨ ਸ਼ਾਂਤ ਚਿੱਤ ਹੋ ਕੇ ਬੈਠੇ ਨੇ ਸਾਧ ਸੰਗਤ ਜੀ, ਅਤੇ ਇੱਕ ਤਾਂ ਸਾਧ ਸੰਗਤ ਜਿਹੜਾ ਪੰਡਿਤ ਸ਼ਾਰਦਾ ਆਨੰਦ ਸੀ ਉਹ ਮੁਖੀ ਸੀ ਉਸ ਪਾਠਸ਼ਾਲਾ ਦਾ, ਬਹੁਤੇ ਹੋਰ ਵਿਦਵਾਨ ਵਿਦਵਤਾ ਵਾਲੇ ਜਿਹੜੇ ਉਸਤਾਦ ਸੀ ਬਹੁੜੇ ਮਾਨੀ ਹੋਏ ਸੀ ਵੀ ਇਹ ਤਾਂ ਨੀਚ ਹੈ ਤਾਂ ਸ਼ੂਦਰ ਹੈ। ਫਿਰ ਸਾਰਿਆਂ ਨੇ ਅਵਤਾਰ ਜਾਣ ਕੇ, ਰੱਬ ਦਾ ਰੂਪ ਜਾਣ ਕੇ ਸਾਰਿਆਂ ਨੇ ਬਚਪਨ ਦੇ ਵਿੱਚ ਹੀ ਉਸ ਪਾਠਸ਼ਾਲਾ ਦੇ ਵਿੱਚ ਨਮਸਕਾਰ ਕਰ ਦਿੱਤੀ, ਸਿਜਦਾ ਕਰ ਦਿੱਤਾ ਗੁਰੂ ਬਾਬਾ ਜੀ ਨੂੰ, ਸੰਦੇਸ਼ ਭੇਜ ਦਿੱਤਾ ਘਰ, ਸਾਧ ਸੰਗਤ ਜੀ ਜਾਓ ਇਹਨਾਂ ਦੇ ਘਰ ਸੰਦੇਸ਼ਾ ਦੇ ਕੇ ਆਓ ਵੀ ਇਹ ਇਹਨਾਂ ਨੂੰ ਅਸੀਂ ਪੜ੍ਹਾ ਨਹੀਂ ਸਕਦੇ, ਜੋ ਇਹ ਵਿੱਦਿਆ ਪੜ੍ਹ ਕੇ ਆਏ ਨਾ ਦਰਗਾਹ ਦੇ ਵਿੱਚੋਂ, ਸਾਡੀ ਜਿਹੜੀ ਵਿੱਦਿਆ ਸਾਧ ਸੰਗਤ ਜੀ, ਇਹ ਆਟੇ ਵਿੱਚ ਲੂਣ ਵੀ ਹੈ ਨੀਗੀ। ਅਤੇ ਘਰ ਚਲੇ ਗਿਆ ਪਿਤਾ ਸੰਤੋਖ ਦਾਸ ਦੇ ਪਾਸ, ਪਿਆਦਾ ਭੇਜ ਦਿੱਤਾ, ਆਖਿਆ ਵੀ ਪਾਠਸ਼ਾਲਾ ਵਿੱਚ ਆਪ ਜੀ ਨੂੰ ਬੁਲਾਇਆ, ਇੱਕ ਦੋ ਦਿਨ ਹੋਏ ਨੇ ਅਜੇ, ਗੱਲ ਕੀ ਹੋ ਗਈ, ਮੇਰੇ ਪੁੱਤਰ ਨੇ ਕੋਈ ਗਲਤੀ ਕਰਤੀ ਹੋਣੀ ਆ, ਕੋਈ ਗੱਲ ਨਹੀਂ ਮੈਂ ਪਹੁੰਚਦਾ, ਆ ਗਏ ਨੇ, ਉੱਠ ਕੇ ਖਲੋ ਗਏ ਸਾਰੇ, ਅਦਬ ਸਤਿਕਾਰ ਕਰਦੇ ਨੇ ਸੰਤੋਖ ਦਾਸ ਪਿਤਾ ਜੀ ਦਾ, ਕਹਿ ਰਹੇ ਨੇ ਕਹਿੰਦੇ ਐ ਸੰਤੋਖ ਦਾਸ ਜੀ, ਆ ਜੋ ਤੁਹਾਡਾ ਪੁੱਤਰ ਹੈ ਸਾਧ ਸੰਗਤ ਜੀ, ਤੁਸੀਂ ਇਹਨੂੰ ਸਾਡੇ ਪਾਸ ਪੜ੍ਹਾਉਣ ਲੈ ਕੇ ਆਏ ਹੋ,
ਸਾਡੇ ਕੋਈ ਐਸਾ ਗਿਆਨ ਨਹੀਂ ਜਿਹੜਾ ਅਸੀਂ ਇਹਨੂੰ ਦੇ ਸਕੀਏ। ਜੋ ਇਹ ਦਰਗਾਹ ਦੇ ਵਿੱਚੋਂ ਪੜ੍ਹ ਕੇ ਆਇਆ ਤਾਂ ਸਾਡਾ ਭਰਮ ਦੂਰ ਕਰਨ ਵਾਸਤੇ ਆਇਆ। ਜਿਹੜਾ ਗਿਆਨ ਇਹਨਾਂ ਨੇ ਅੱਜ ਸਾਨੂੰ ਕਰਵਾ ਦਿੱਤਾ ਨਾ, ਅਤੇ ਸੈਂਕੜੇ ਸਾਲ ਹੋ ਗਏ ਸਾਡੀ ਜੱਦੀ ਪੁਸ਼ਤੀ, ਅਸੀਂ ਐਜੂਕੇਸ਼ਨ ਵਿੱਦਿਆ ਦਿੰਦੇ ਹਾਂ ਧਰਮ ਦੀ, ਵੇਦਾਂ ਸ਼ਾਸਤਰਾਂ ਦੇ ਗਿਆਤਾਂ, ਪਰ ਜੋ ਇਹਨਾਂ ਨੇ ਆ ਪਾਵਨ ਗੁਰਬਾਣੀ ਦੇ ਇੱਕ ਸ਼ਬਦ ਦੇ ਨਾਲ ਸਾਨੂੰ ਗਿਆਨ ਕਰਵਾ ਦਿੱਤਾ, ਇਹਦੇ ਗਿਆਨ ਦੇ ਸਮਾਨ ਅਸੀਂ ਸੈਂਕੜੇ ਜਨਮ ਧਾਰ ਕੇ ਵੀ ਕੋਈ ਗਿਆਨ ਨਹੀਂ ਬੋਲ ਸਕਦੇ। ਸਤ ਸੰਗਤ ਜੀ, ਉੱਥੇ ਜੈ ਜੈਕਾਰ ਹੋ ਰਹੀ ਹੈ, ਹਰ ਮਨ ਧਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ। ਅਤੇ ਭਾਈ ਗੁਰਦਾਸ ਜੀ ਆਪਣੀਆਂ ਵਾਰਾਂ ਦੇ ਵਿੱਚ ਕਹਿੰਦੇ, ਭਗਤ ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ। ਬਚਪਨ ਤੋਂ ਹੀ ਸਤਿਕਾਰ ਹੋਣ ਲੱਗ ਗਿਆ ਸੀ। ਚਾਰ ਵਰਨ ਸੀ ਉਸ ਵਕਤ ਜਿਹੜੇ ਸਰਮੌ, ਚਾਰ ਵਰਨਾਂ ਉਹ ਜਾਤ ਦੀ ਵੰਡ ਕੀਤੀ ਹੋਈ ਸੀ ਜਾਤਾਂ ਦੀ, ਜਿਹਦੇ ਵਿੱਚ ਸਰਮੌਰ ਆਪਣੇ ਆਪ ਨੂੰ ਸਵਰਨ ਜਾਤੀ ਰੱਖਿਆ ਸੀ ਬ੍ਰਾਹਮਣਾਂ ਨੇ। ਅਤੇ ਬਾਬਾ ਜੀ ਦੇ ਪ੍ਰਥਾਏ ਭਾਈ ਗੁਰਦਾਸ ਜੀ, ਭਗਤ ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਚਮੜੇ ਦਾ ਕੰਮ ਕਰਦੇ ਨੇ। ਸਤਿਕਾਰ ਪਰਮੇਸ਼ਰ ਦੇ ਪਿਆਰੇ ਜਾਣ ਕੇ ਸਾਧ ਸੰਗ ਜੀ, ਅਤੇ ਭਗਤ ਭਗਤ ਜੱਗ ਵੱਜਿਆ, ਚੌ ਚੱਕਾਂ ਦੇ ਵਿੱਚ ਚਮਰੇਟਾ, ਪਾਣਾ ਗੰਢੇ ਰਾਹ ਵਿੱਚ ਕੁੱਲਾ, ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਸਾਧ ਸੰਗਤ ਜੀ, ਕੱਪੜੇ ਇਹ ਵਸਤਰਾਂ ਦੇ ਨਾਲ ਸੰਬੰਧ ਨਹੀਂ ਗਾ ਸਾਧ ਸੰਗਤ ਜੀ, ਜਿਹੜੀ ਜੋਤ ਹੈ ਨਾ ਕਦੇ ਘਟਦੀ ਆ ਨਾ ਖਤਮ ਹੋਇਆ ਕਰਦੀ ਹੈ। ਸਾਧ ਸੰਗਤ ਜੀ ਜੋਤ ਹੈ ਕਿ ਨਾ ਜਿਹੜੀ, ਅਤੇ ਕੋਈ ਵੀ ਇਹ ਲਿਬਾਸ ਨਾਲ ਕੋਈ ਸੰਬੰਧ ਨਹੀਂ, ਭਾਵੇਂ ਕੋਈ ਮਰਜ਼ੀ ਕਿਸ ਮਰਜ਼ੀ ਭੇਖ ਦੇ ਵਿੱਚ ਹੋਵੇ, ਸੰਤ ਸਮੂਹ ਅਨੇਕ ਮਤੀਕ ਹੈ। ਸਾਧ ਸੰਗਤ ਜੀ ਆ ਗੁਰਮੁਖ ਪਿਆਰੇ ਦੱਸ ਰਹੇ ਸੀ, ਆ ਨੇੜੇ ਹੀ ਆ ਕਟਾਣਾ ਸਾਹਿਬ, ਇੱਥੇ ਮਹਾਂਪੁਰ ਕਾਰ ਸੇਵਾ ਵਾਲੇ ਕਿੰਨਾ ਸਤਿਕਾਰ ਕਰਦਾ ਸਾਰਾ ਹੀ ਇਲਾਕਾ, ਅਤੇ ਕਿੱਡੇ ਸਹਿਜ ਦੇ ਵਿੱਚ ਕਿੱਡੀ ਸਾਦਗੀ ਦੇ ਵਿੱਚ ਵਿਚਰ ਰਹੇ ਨੇ। ਪਰ ਸਾਧ ਸੰਗਤ ਜੀ ਇਹ ਰੱਬ ਦੇ ਪਿਆਰੇ ਜਿਨ੍ਹਾਂ ਨੇ ਪਰਮੇਸ਼ਰ ਨੂੰ ਖੁਸ਼ ਕੀਤਾ ਹੋਇਆ, ਰਿਝਾਇਆ ਹੋਇਆ, ਸਾਧ ਸੰਗਤ ਜੀ ਉਹਨਾਂ ਦੀ ਇੱਥੇ ਵੀ ਚੱਲਦੀ ਹੈ ਅਤੇ ਉੱਥੇ ਵੀ ਚੱਲਦੀ ਆ। ਆਖੋ ਸਤਨਾਮ, ਉਹ ਤਾਂ ਜਾ ਕਾ ਕਹਿਆ ਦਰਗ ਹੈ ਚੱਲੈ, ਜੈਸੀ ਜੈਸੀ ਭਾਵਨਾ ਵੈਸੀ ਵੈਸੀ ਦਾਤ ਮਿਲਿਆ ਕਰਦੀ ਹੈ। ਸ਼ਰਧਾ ਵਾਲਿਆਂ ਦੇ ਵਿਹੜੇ ਪਾਰ ਹੁੰਦੇ ਨੇ, ਭਾਵਨਾ ਤੋਂ ਬਿਨਾਂ ਵਾ ਜਿਹੜੇ ਸਾਧ ਸੰਗਤ ਜੀ ਉਹ ਸੱਖਣੇ ਰਹਿ ਜਾਇਆ ਕਰਦੇ ਨੇ। ਪਾਣਾ ਗੰਢੇ ਰਾਹ ਵਿੱਚ ਕੁੱਲਾ, ਧਰਮ ਢੋਏ ਢੋਰ ਸਮੇਟਾ, ਜਿਉਂ ਕਰ ਮੈਲੇ ਚੀਥੜੇ, ਹੀਰਾ ਲਾਲ ਅਮੋਲ ਪਲੇਟਾ। ਹੀਰਾ ਹੁੰਦਾ ਨਾ, ਚਾਹੇ ਉਹਨੂੰ ਰੂੜੀਆਂ 'ਤੇ ਸੁੱਟ ਦੀਏ ਉਹਦੀ ਕੀਮਤ ਨਹੀਂ ਘਟਦੀ, ਚਾਹੇ ਉਹਨੂੰ ਸਾਧ ਸੰਗਤ ਜੀ ਪਾਟੇ ਕੱਪੜਿਆਂ 'ਚ ਲਪੇਟ ਦੀ ਉਹਦੀ ਕੀਮਤ ਨਹੀਂ ਘਟਦੀ, ਚਾਹੇ ਉਹ ਜੌਹਰੀਆਂ ਦੀਆਂ ਤਜੋਰੀਆਂ ਦਾ ਸ਼ਿੰਗਾਰ ਬਣਿਆ ਹੋਵੇ ਉਹਦੀ ਕੀਮਤ ਨਹੀਂ ਘਟਦੀ। ਆਖੋ ਸਤਨਾਮ। ਸਾਧ ਸੰਗਤ ਜੀ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ, ਚਾਰੇ ਵਰਨ ਗੁਰੂ ਬਾਬਾ ਜੀ ਦੇ ਚਰਨਾਂ ਦੇ ਵਿੱਚ ਆਏ। ਸਾਧ ਸੰਗਤ ਜੀ ਚਾਰੀ ਵਰਨ, ਵੱਡੇ ਵੱਡੇ ਰਾਜੇ, ਵੱਡੇ ਵੱਡੇ ਰਾਣੀਆਂ, ਚਿਤੌੜਗੜ੍ਹ ਦੀ ਰਾਣੀ ਝਾਲਾਂ ਬਾਈ, ਮਹਾਰਾਣੀ ਸਾਧ ਸੰਗਤ ਜੀ, ਮੀਰਾਂ, ਅਤੇ ਕਿੱਡੇ ਇਤਿਹਾਸ ਦੇ ਵਿੱਚ ਕਿੰਨੇ ਰਾਜੇ ਅਤੇ ਰਾਣੀਆਂ ਦਾ ਜ਼ਿਕਰ ਆਉਂਦਾ ਜਿਹੜੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਆਏ। ਸਾਧ ਸੰਗਤ ਜੀ ਸੱਤ ਦਾ ਉਪਦੇਸ਼ ਦਿੰਦੇ ਅਤੇ ਕਿਰਤ ਹੱਥੀਂ ਕਿਰਤ ਕਰਦੇ, ਸਾਧ ਸੰਗਤ ਜੀ ਹੱਥਾਂ ਦੇ ਨਾਲ ਉਹ ਜੋੜਿਆਂ ਨੂੰ ਗੰਢ ਦੇ, ਜਿਹੜਾ ਕੋਈ ਆ ਜਾਂਦਾ ਉਹਦਾ ਇਕੱਲਾ ਜੋੜਾ ਹੀ ਨਾ ਗੰਢ ਦੇ, ਅਤੇ ਉਹਦਾ ਮਨ ਪਰਮੇਸ਼ਰ ਦੇ ਚਰਨਾਂ ਦੇ ਨਾਲ ਗੰਢ ਦਿੰਦੇ। ਆਖੋ ਸਤਨਾਮ। ਸਾਧ ਸੰਗਤ ਜੀ ਇਹ ਐਸੀ ਉੱਥੇ ਕਾਂਸ਼ੀ ਬਨਾਰਸ ਦੇ ਵਿੱਚ ਕਲਾ ਵਰਤ ਰਹੀ ਹੈ, ਉਮਰ ਵਡੇਰੀ ਹੋਣ ਲੱਗੀ ਹੈ, ਅਤੇ ਕਿਰਤ ਦੇ ਵਿੱਚ ਪਿਤਾ ਜੀ ਨੇ ਪਾ ਦਿੱਤਾ ਹੱਥੀ, ਜਿਹੜਾ ਕਿਰਤ ਕਰ ਰਹੇ ਨੇ ਪਿਤਾ ਪੁਰਖੀ ਕੀਤਾ, ਅਤੇ ਕਿਰਤ ਕਰਦੇ ਅਤੇ ਜਿੱਥੇ ਜੈ ਜੈਕਾਰ ਉੱਥੇ ਹੋ ਰਹੀ ਹੈ, ਹਰ ਮਨ ਤਨ ਵਸਿਆ ਸੋਈ, ਜੈ ਜੈਕਾਰ ਕਰੇ ਸਭ ਕੋਈ, ਹਰ ਹਰ ਜਨ ਦੋਏ ਏਕ ਹੈ। ਸਾਧ ਸੰਗਤ ਜੀ ਬੰਨਿਆ ਪਿਆ, ਅਤੇ ਜਿਹੜੀ ਉਹ ਪੱਥਰੀ ਪਈ ਹੈ ਨਾ ਮਹਾਰਾਜ ਸਤਿਗੁਰ ਅਵਦਾਸ ਮਾ, ਪੱਥਰੀ ਦੇ ਥੱਲੇ ਐਂ ਗੰਗਾ ਵਗਦੀ ਹੈ, ਲੋਕ ਜਾਂਦੇ ਨੇ ਗੰਗਾ ਦੇ ਉੱਤੇ ਅਤੇ ਪਿਆਰਿਆਂ ਦੇ ਚਰਨਾਂ ਵਿੱਚ ਗੰਗਾ ਵਗਦੀ ਹੈ, ਅਤੇ ਜਿੱਥੇ ਪਿਆਰ ਵਾਲੇ ਨੇ, ਜਿੱਥੇ ਜੈ ਜੈਕਾਰ ਕਰਨ ਵਾਲੇ ਨੇ, ਉੱਥੇ ਨਿੰਦਕ ਜਨ ਵੀ ਨੇ, ਵਿਰੋਧੀ ਵੀ ਨੇ, ਜਰਦੇ ਨਹੀਂ ਗੇ ਵੀ ਇਹਨਾਂ ਨੂੰ ਅਧਿਕਾਰ ਕਿੱਥੇ, ਨਾ ਨਾਮ ਜਪਣ ਦਾ। ਇਹ ਤਾਂ ਸੰਗਤ ਆਉਣ ਲੱਗ ਗਈ, ਕਿੱਡਾ
ਅਤੇ ਇਹ ਸਾਰੇ ਬਨਾਰਸ ਵਿੱਚ ਇਹਨਾਂ ਦੀ ਜੈ ਜੈਕਾਰ ਹੁੰਦੀ ਹੈ। ਅਤੇ ਸਾਧ ਸੰਗਤ ਜੀ ਕੋਈ ਕਹਿੰਦਾ ਉਹ ਤਾਂ ਇਕੱਲੇ ਜੋੜੇ ਹੀ ਗੰਢਦਾ, ਪਰ ਉਹ ਜੋੜੇ ਨਹੀਂ ਸੀ ਗੰਢਦੇ ਭਾਈ, ਉਹ ਤਾਂ ਟੁੱਟੀਆਂ ਰੂਹਾਂ ਨੂੰ ਸੀ ਗੰਢਦਾ। ਪਰ ਦੁਨੀਆ ਕਹਿੰਦੀ ਸੀ ਚਮਾਰ ਦੁਨੀਆ, ਉਹ ਤਾਂ ਟੁੱਟੀਆਂ ਰੂਹਾਂ ਨੂੰ ਸੀ ਗੰਢਦਾ, ਕਹਿੰਦੀ ਸੀ ਚਮਾਰ ਦੁਨੀਆ। ਧੰਨ ਰਵਿਦਾਸ ਗੁਰੂ, ਗੰਢ ਗੰਢ ਦੇ ਧੰਨ ਰਵਿਦਾਸ ਗੁਰੂ। ਐਸੇ ਮਹਾਰਾਜ ਜੀ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ। ਧੰਨ ਸਤਿਗੁਰ ਅਰਦਾਸ ਮਹਾਰਾਜ ਜੀ, ਸਾਧ ਸੰਗ ਜੀ ਸਾਰਿਆਂ ਨੂੰ ਜੋ ਸ਼ਰਨ ਆਵੈ ਇਸ ਕੰਠ ਲਾਵੈ ਹੈ ਵਿਰਧ ਸਵਾਮੀ। ਛੰਦਾ ਔਗਣ ਕੋ ਨਾ ਚਿਤਾਰਦਾ ਗਲ ਸੇਤੀ ਲਾਇਕ, ਇਹ ਨਹੀਂ ਹੈ ਮੇਰਾ ਮਾੜਾ ਸੋਚਦਾ ਮੇਰਾ ਮਾੜਾ ਕਰਦਾ। ਸਾਧ ਸੰਗ ਜੀ, ਡਾਕਟਰ ਦੇ ਕੋਲ ਜਦੋਂ ਮਰੀਜ਼ ਜਾਂਦਾ ਪੇਸ਼ੈਂਟ ਜਾਂਦਾ ਨਾ, ਡਾਕਟਰ ਇਹ ਨਹੀਂ ਦੇਖਿਆ ਕਰਦਾ ਇਹ ਮੇਰਾ ਬੈਰੀ ਹੈ ਮੇਰਾ ਦੁਸ਼ਮਣ। ਆਖੋ ਸਤਨਾਮ। ਅਤੇ ਸਾਧ ਸੰਗ ਜੀ ਸਾਰਿਆਂ ਨੂੰ ਨਿੰਦਕ ਜਨ ਅਤੇ ਬੜੀ ਜਿੱਥੇ ਜੈ ਜੈਕਾਰ ਹੈ ਉੱਥੇ ਵਿਰੋਧੀ ਵੀ ਨੇ। ਸਾਧ ਸੰਗਤ ਜੀ ਆਓ, ਮੈਂ ਸਮਾਪਤੀ ਦੇ ਨੇੜੇ ਜਾਵਾਂ। ਸਾਧ ਸੰਗਤ ਜੀ, ਚਿਤੌੜਗੜ੍ਹ ਦੀ ਰਾਣੀ ਝਾਲਾਂ ਬਾਈ ਵੀ ਆਈ ਚੱਲ ਕੇ, 68 ਤੀਰਥ ਸਨਾਤਨ ਧਰਮ ਦੇ ਹਿੰਦੂ ਧਰਮ ਦੇ ਅਨੁਸਾਰ ਮੰਨੇ ਗਏ ਨੇ। ਸਾਰੇ ਤੀਰਥਾਂ ਦੇ ਉੱਤੇ ਭ੍ਰਮਣ ਕਰ ਲਿਆ, ਪਰ ਕਿਤੋਂ ਮਨ ਨੂੰ ਸ਼ਾਂਤੀ ਨਾ ਮਿਲੀ। ਸੁਣਿਆ ਵੀ ਕਾਂਸ਼ੀ ਬਨਾਰਸ ਦੀ ਧਰਤੀ 'ਤੇ ਬੈਠੇ ਨੇ ਸਾਧ ਸੰਗਤ ਜੀ, ਸਤਿਕਾਰ ਕਰਦੇ ਨੇ ਸਤਿਗੁਰ ਅਰਦਾਸ ਕਹਿ ਕੇ। ਸੰਸਾਰ ਉਹਨਾਂ ਦਾ ਚਮੜੇ ਦਾ ਕੰਮ ਕਰਦੇ, ਹੱਥੀਂ ਕਿਰਤ ਕਰਦੇ ਨੇ ਬੜੇ ਉਹਨਾਂ ਦੇ ਜਿਹੜੇ ਨੇ, ਕੌਤਕ ਸੁਣੇ ਨੇ। ਪੱਥਰਾਂ ਨੂੰ ਤਾਰ ਦਿੱਤਾ ਉਹਨਾਂ ਨੇ, ਉਹਨਾਂ ਦੀ ਪੱਥਰੀ ਦੇ ਥੱਲੇ ਗੰਗਾ ਵਗਦੀ ਹੈ, ਜਿਹੜਾ ਆਉਂਦਾ ਉਹਨਾਂ ਦਾ ਹੀ ਬਣ ਕੇ ਰਹਿ ਜਾਂਦਾ।
ਪਰ ਮਨ ਨੂੰ ਸਾਰੇ ਤੀਰਥਾਂ 'ਤੇ ਜਾ ਕੇ ਸ਼ਾਂਤੀ ਨਾ ਆਈ, ਵੀ ਇੱਕ ਦਰ ਰਹਿ ਗਿਆ, ਵੀ ਉੱਥੇ ਵੀ ਜਾਏ ਆਉਂਦੇ ਹਾਂ। ਚਿਤੌੜਗੜ੍ਹ ਤੋਂ ਚੱਲ ਕੇ ਆਪਣੇ ਦਾਸੀਆਂ ਸੇਵਕਾਂ ਨੂੰ ਨਾਲ ਲੈ ਕੇ ਪੈਂਡਾ ਮੁਕਾਉਣ ਦੀ ਕਾਂਸ਼ੀ ਪਹੁੰਚ ਗਈ। ਇਉਂ ਦਰਬਾਰ ਸਜਿਆ ਹੋਇਆ। ਮਹਾਰਾਜ ਜੀ ਸਤਸੰਗ ਜੀ ਦੇ ਮੁਖਾਰ ਬਿੰਦ ਤੋਂ ਸੰਗਤਾਂ ਚਕੋਰਾਂ ਦੀ ਤਰ੍ਹਾਂ ਜਿਵੇਂ ਚੰਦਰਮਾ ਵੱਲ ਤੱਕ ਰਹੀਆਂ ਹੁਣ ਐਂ ਬੈਠੀਆਂ ਨੇ। ਸਤਸੰਗ ਜੀ ਅਮੋਲਕ ਬਚਨ ਨਾਲ ਸਰਵਣ ਕਰ ਰਹੀਆਂ ਨੇ। ਆ ਗਈ ਬੜੇ ਕੀਮਤੀ ਨਜ਼ਰਾਨੇ ਨੇ ਗੁਰੂ ਬਾਬਾ ਜੀ ਦੇ ਚਰਨਾਂ ਵਿੱਚ ਰੱਖ ਕੇ ਨਮਸਕਾਰ ਤਾਂ ਕਰ ਦਿੱਤੀ ਅਤੇ ਮਨ ਵਿੱਚ ਆ ਗਿਆ ਜਾਤ ਦਾ ਉੱਚੀ ਬਾਦਸ਼ਾਹੀ ਕੁੱਲ ਦਾ ਅਭਿਮਾਨ ਆ ਗਿਆ। ਰਾਣੀਏ ਇੱਕ ਸ਼ੂਦਰ ਦੇ ਚਰਨੀ ਲੱਗਣ ਲੱਗੀ ਆ। ਆਖੋ ਸਤਨਾਮ। ਸੰਗਤ ਵਿੱਚ ਬੈਠ ਗਈ ਕਿਉਂਕਿ ਜਿੱਡੀ ਭਾਵਨਾ ਨਾ ਆਈਏ ਨਾ ਓਡਾ ਫਲ ਮਿਲਿਆ ਕਰਦਾ ਹੈ। ਜਿੱਡੀ ਸਾਡੀ ਸ਼ਰਧਾ ਹੋਵੇ ਅਤੇ ਜਿੱਡੀ ਸਾਡੇ ਕੋਲ ਝੋਲੀ ਹੈ ਓਡੀ ਬਖਸ਼ਿਸ਼ ਪਿਆ ਕਰਦੀ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਘਰੋਂ ਚੱਲਦੇ ਹਾਂ ਨਾ ਸੰਗਤ ਵੱਲ ਇੱਕ ਕਦਮ ਪੱਟ ਕੇ ਅਤੇ ਮਹਾਰਾਜ ਕਰੋੜ ਕਦਮ। ਇੱਕ ਵਾਰ ਸਤਿਗੁਰ ਸਿਮਰਨ ਮਾਤਰ, ਇੱਕ ਵਾਰੀ ਉਹਨੂੰ ਯਾਦ ਕਰਦੇ ਹਾਂ। ਸਿਮਰਤ ਤਾਂ ਇਹ ਵਾਰ ਵਾਰ ਗੁਰ ਹੇਤ ਹੈ, ਵਾਰ ਵਾਰ ਉਹ ਸਾਨੂੰ ਯਾਦ ਕਰਦੇ ਆ ਪਰਮੇਸ਼ਰ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਪ੍ਰੇਮਾ ਭਗਤੀ ਦੇ ਵਿੱਚ ਕੋਈ ਕੌਡੀ ਵੀ ਕੌਡੀ ਸਾਧ ਸੰਗਤ ਜੀ ਅਰਪਿਤ ਕਰਦਾ। ਭਾਵਨੀ ਭਗਤ ਪਾਏ ਕੌਡੀ ਅਗਰ ਭਾਗ ਰੱਖੇ, ਤਾਂ ਹੀ ਗੁਰ ਸਰਬ ਨਿਧਾਨ ਦਾਨ ਦੇਤ ਹੈ। ਪ੍ਰੇਮਾ ਭਗਤੀ ਵਿੱਚ ਭਾਵਨਾ ਵਾਲਿਆਂ ਦੇ ਬੇੜੇ ਪਾਰ ਹੁੰਦੇ ਆ। ਜੇ ਕੋਈ ਭਾਵਨਾ ਦੇ ਨਾਲ ਕੋਈ ਖੋਟੀ ਕੌਡੀ ਵੀ ਅਰਪਿਤ ਕਰਦਾ, ਉਹਦੇ ਲਈ ਸਤਿਗੁਰ ਜੀ ਕੀ ਕਰਦੇ ਨੇ, ਆਪਣੇ ਦਰ ਦੇ ਖਜ਼ਾਨਿਆਂ ਦੇ ਮੂੰਹ ਖੋਲ੍ਹ ਦਿੰਦੇ ਨੇ। ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਇਹ ਦਰ ਹੈ, ਪਤਤ ਬਿਰਧ ਹੈ ਮੇਰੇ ਸਤਿਗੁਰ ਦਾ। ਨਮਸਕਾਰ ਕੀਤੀ, ਸਮਾਪਤੀ ਹੋਈ ਅਤੇ ਧੰਨ ਸਤਿਗੁਰ ਅਵਦਾਸ ਮਹਾਰਾਜ ਜੀ। ਹੁਣ ਆਪਾਂ ਬੈਠੇ ਹਾਂ ਨਾ, ਸਾਡੇ ਸਭ ਦੀਆਂ ਦਿਲ ਦੀ ਜਾਣਦੇ ਨੇ ਸਤਿਗੁਰ ਜੀ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ। ਜਿੱਡੀ ਜੈਸੀ ਜਿੱਡੀ ਭਾਵਨਾ ਹੈ, ਘੱਟ ਘੱਟ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਬੈਠ ਗਈ, ਸਜਦਾ ਤਾਂ ਕਰ ਦਿੱਤਾ, ਨਜ਼ਰਾਨੇ ਵੀ ਰੱਖਤੇ ਮਹਾਰਾਜ ਜੀ ਨੇ, ਇਉਂ ਪਰੇ ਕਰ ਦਿੱਤੇ। ਹੇ ਰਾਣੀ ਆਈਆਂ ਚੱਲ ਕੇ ਆ ਲੈ ਜਾ ਚੱਕ ਕੇ ਆਪਣੇ ਨਜ਼ਰਾਨੇ, ਆ ਕੀਮਤੀ ਇਹ ਪਟਾਵਾਂ, ਇਹਦੀ ਕੋਈ ਲੋੜ ਨਹੀਂ। ਕਹਿੰਦੇ ਮਨ ਵਿੱਚ ਜਾਤ ਦਾ ਅਭਿਮਾਨ, ਮਨ ਵਿੱਚ ਗਰਭ ਰਾਜ ਮਦ ਦਾ ਹੰਕਾਰ। ਜਦੋਂ ਇੰਨੀ ਗੱਲ ਸੁਣੀ ਨਾ ਸਾਧ ਸਾਧ ਜੀ, ਪਤਾ ਲੱਗ ਗਿਆ ਇਹ ਸਤਿਗੁਰ ਐਵੇਂ ਨਹੀਂ, ਇਹ ਤਾਂ ਅੰਤਰਜਾਮੀ ਨੇ, ਦਿਲ ਦੀ ਜਾਣਦੇ ਨੇ। ਸਾਧ ਸੰਗ ਜੀ ਡਿੱਠੇ ਸਭੇ ਥਾਂ ਨਹੀਂ ਤੁਧ ਜਿਹੇ ਆ। ਸਾਧ ਸੰਗ ਜੀ ਮਹਾਰਾਜ ਕਹਿੰਦੇ ਬਸੰਤ ਰਾਗ ਵਿੱਚ ਸ਼ਬਦ ਉਚਾਰਨ ਕੀਤਾ ਮਹਾਰਾਜ ਜੀ ਨੇ, ਕਹਿੰਦੇ ਤੁਝੇ ਸੁਝੰਤਾ ਕਿਸ ਨਾ ਹੀ ਪਹਿਰਾਵਾ ਦੇ ਖੂਬ ਜਾਏ। ਕਹਿੰਦੇ ਤੈਨੂੰ ਸੁਝਦਾ ਹੀ ਨਹੀਂ, ਆਪਣੇ ਪਹਿਰਾਵੇ ਨੂੰ ਦੇਖ ਕੇ ਮੈਂ ਬਾਦਸ਼ਾਹ ਰਾਜ ਉੱਚੀ ਕੁੱਲ ਵਾਲੇ, ਗਰਭਵਤੀ ਕਾ ਨਾ ਹੀ ਠਾਓ ਤੇਰੀ ਗਰਦਨ ਉੱਪਰ ਲਵੈ ਕਾਓ। ਗੁਰੂ ਬਾਬਾ ਜੀ ਧੰਨ ਸਤਿਗੁਰ ਅਵਦਾਸ ਮਹਾਰਾਜ ਦੇ ਬਚਨ ਨੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੁਸ਼ੋਭਿਤ ਨੇ। ਇੱਥੇ ਹੰਕਾਰ ਵਾਲੀ ਬੁੱਧੀ ਨੂੰ ਥਾਂ ਨਹੀਂ ਗਾ, ਇੱਥੇ ਤੇਰੀ ਗਰਦਨ ਉੱਪਰ ਲਵੈ ਕਾਓ। ਕਾਹਦਾ ਮਾਣ? ਰਾਜ ਦਾ ਮਾਣ, ਇਹ ਧਨ ਦਾ ਮਾਣ, ਧਨ ਜੋਬਨ, ਇਹ ਤਾਂ ਤੇਰੇ ਗਰਦਨ ਦੇ ਉੱਤੇ ਮੌਤ ਰੂਪੀ ਕਾਂ ਕੂਕ ਦਾ ਪਤਾ ਨਹੀਂ, ਇਹਨੇ ਮੌਤ ਰੂਪੀ ਕਾਂ ਨੇ ਕਦੋਂ ਝਪਟਾ ਮਾਰ ਦੇਣਾ। ਦਿਨ ਤੇ ਪਹਿਰ ਪਹਿਰ ਤੇ ਘਰੀਆਂ ਆਪ ਘਟੈ ਤਨ, ਕਾਲ ਅਹੇਰੀ ਫਿਰੈ ਬਧਕ ਜਿਉਂ, ਕਹੋ ਕਵਨ ਵਿਧ ਕੀਜੈ। ਜਦੋਂ ਇਹ ਸੁਣੇ ਨਾ ਬਚਨ, ਚਰਨ ਫੜ ਲਏ ਅੱਖਾਂ 'ਚੋਂ ਤਿਪ ਤਿਪ ਕਰਕੇ ਜਲ, ਬਹਿਣ ਲੱਗ ਗਿਆ ਰਾਣੀ ਝਾਲੀ ਵੀ। ਕਹਿੰਦੀ ਹੈ ਮਹਾਰਾਜ ਜੀ ਮੈਂ ਸੱਚੀ ਆਈ ਹਾਂ 68 ਤੀਰਥਾਂ ਦਾ ਭ੍ਰਮਣ ਕਰਕੇ, ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੋ, ਪਰ ਮੇਰੇ ਮਨ ਵਿੱਚ ਇਹ ਜ਼ਰੂਰ ਭਰਮ ਆ ਗਿਆ ਸੀ ਮੈਂ ਇੱਕ ਨੀਚ ਦੇ ਸ਼ੂਦਰ ਦੇ ਚਰਨੀ ਲੱਗਣ ਲੱਗੀ ਹਾਂ। ਮਹਾਰਾਜ ਮੇਰਾ ਉਹ ਵੀ ਭਰਮ ਤੁਸੀਂ ਦੂਰ ਕਰ ਦਿੱਤਾ, ਹੁਣ ਕਿਰਪਾ ਕਰੋ ਆਪਣੇ ਦਰੋਂ ਕਰੋ, ਮੈਨੂੰ ਨਾਮ ਦੀ ਦਾਤ ਬਖਸ਼ ਦਿਓ। ਕਿਉਂ? ਕਿਉਂਕਿ ਮੈਨੂੰ ਮੋੜਿਓ ਨਾ ਇੱਥੋਂ। ਸੱਚੇ ਪਾਤਸ਼ਾਹ ਗੁਰੂ ਬਾਬਾ ਜੀ ਨੂੰ ਐਸੀਆਂ ਬੇਨਤੀਆਂ ਕਰ ਰਹੀ ਹੈ ਸਾਧ ਸਾਈਂ, ਦੂਰੋਂ ਮੈਂ ਤਾਂ ਜੀ ਆਈ ਚੱਲ ਕੇ, ਦੂਰੋਂ ਦੂਰੋਂ ਜੀ ਮੈਂ ਤਾਂ ਆਈ ਚੱਲ ਕੇ, ਹਾਂ।
तेरे दीद दी प्यासी मेरी जिंदड़ी, तेरे दीद दी प्यासी मेरी जिंदड़ी, दूरों दूरों आई चल के तेरे दीद दी प्यासी मेरी जिंदड़ी, दूरों दूरों आई चल के जिंदड़ी, दूरों साइयां आई चल के तेरे दीद दी प्यासी मेरी जिंदड़ी, दूरों दाता आई चल के ਇਹ ਹਾਲਤ ਆ ਮੇਰੀ ਕਿਸ ਹੀ ਕੋਈ ਕੋਏ ਮਾਂਝ ਨਿਮਾਣੀ, ਇੱਕ ਤੂੰ ਕਿਉਂ ਨਾ ਮਰੀਜੈ ਰੋਏ ਜਾ ਲੱਗ ਚੇਤਨਾ ਆਵੇ। ਹੇ ਗੁਰੂ ਬਾਬਾ ਜੀ, ਹੇ ਸੱਚੇ ਪਾਤਸ਼ਾਹ, ਹੁਣ ਤੇਰੇ ਬਿਨਾਂ ਕੋਈ ਹੋਰ ਦਰ ਨਹੀਂ, ਮੈਂ ਕਿਤੇ ਜਿੱਥੇ ਹੋਰ ਜਾਵਾਂ ਡਿੱਠੇ ਸਭੇ ਥਾਂ ਨਹੀਂ ਤੁਧ ਜਿਹਾ, ਹਮ ਸਰ ਦੀਨ ਦਿਆਲ ਨਾ ਤੁਮ ਸਰ ਅਬ ਪਤੀ ਅਰਕਿਆ। ਮਹਾਰਾਜ ਜੀ ਨੇ ਉਹ ਜਿਹੜਾ ਜਾਲਾ ਸੀ ਨਾ ਹਉਮੈ ਦਾ ਅੱਖਾਂ 'ਤੇ ਚੜ੍ਹਿਆ ਹੋਇਆ, ਲਾਹ ਦਿੱਤਾ ਗਿਆਨ ਦੇ ਬਾਣ ਮਾਰ ਕੇ ਅਮੋਘ ਬਾਣੀ ਦੇ, ਅਤੇ ਰਾਣੀ ਝਾਲੀ ਮਹਾਰਾਜ ਦੇ ਚਰਨਾਂ ਵਿੱਚ ਢਹਿ ਪਈ, ਨਾਮ ਦੀ ਦਾਤ ਸਤਿਗੁਰ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ। ਵੱਡੇ ਵੱਡੇ ਰਾਜੇ ਚੌਂ ਵਰਨਾ ਉਪਦੇਸ਼ ਦਾ ਗਿਆਨ ਧਿਆਨ ਕਰ ਭਗਤ ਸਹੇਟਾ ਮਹਾਰਾਜ ਦੇ ਚਰਨੀ ਆ ਕੇ ਲੱਗੇ ਸਾਧ ਸੰਗਤ ਜੀ। ਸਤਿਗੁਰ ਮਹਾਰਾਜ ਜੀ ਨੇ ਜਿੰਨੇ ਤਾਰੇ ਨੇ ਉਹਨਾਂ ਦੀ ਗਿਣਤੀ ਨਹੀਂ ਕੀਤੀ ਜਾ ਸਕਦੀ, ਅਤੇ ਜਿੰਨੇ ਹੁਣ ਤਾਰ ਰਹੇ ਨੇ ਸਾਧ ਸੰਗਤ ਜੀ। ਅਤੇ ਹੁਣ ਮਹਾਰਾਜ ਜੀ ਨੇ ਸਾਧ ਸਾਈ ਧੰਨ ਸਤਿਗੁਰ ਰਵਿਦਾਸ ਜੀ ਕਿਤੇ ਅਲੱਗ ਨਹੀਂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਦਰ ਪ੍ਰਤੱਖ ਬੈਠੇ ਨੇ, ਦਸਾਂ ਪਾਤਸ਼ਾਹੀ ਦਾ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਸਾਰੇ ਭਗਤ ਜਨ ਇੱਕ ਸਰੂਪ, ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਐਨ ਇੱਕ ਲੜੀ ਵਿੱਚ ਪਰੋ ਕੇ ਇੱਕ ਸਿੰਘਾਸਣ 'ਤੇ ਵਿਰਾਜਮਾਨ, ਜਿੱਥੇ ਅਸੀਂ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਸਿਜਦਾ ਕਰਦੇ ਹਾਂ, ਉੱਥੇ ਸਾਰੇ ਭਗਤ ਜਨ, ਤਿਨ੍ਹਾਂ ਦੇ ਚਰਨਾਂ ਵਿੱਚ ਸਾਰਾ ਸੰਸਾਰ ਢੁੱਕਦਾ ਹੈ। ਰਵਿਦਾਸ ਢਵੰਤਾ ਟੋਰ ਨੀਤਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਆਓ ਸਾਰੀਆਂ ਸੰਗਤਾਂ ਨੂੰ ਧੰਨ ਸਤਿਗੁਰ ਰਵਿਦਾਸ ਮਹਾਰਾਜ ਦੇ ਆਗਮਨ, ਗੁਰਪੁਰਬ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਵਣ। ਭਾਵੇਂ ਕਿ ਹਰ ਸਾਲ ਹੀ ਸਤਿਕਾਰਯੋਗ ਮਹਾਂਪੁਰਖ ਬਾਬਾ ਧਰਮਪਾਲ ਸਿੰਘ ਸੰਘੋਵਾਲ ਵਾਲੇ ਸਾਧ ਸੰਗਤ ਜੀ ਇੱਥੇ ਹਾਜ਼ਰੀ ਭਰਦੇ ਨੇ, ਅਤੇ ਅੱਜ ਉਹਨਾਂ ਨੇ ਸਾਧ ਸੰਗਤ ਜੀ ਦੂਸਰੀ ਥਾਂ ਦੇ ਉੱਤੇ ਜਾਣ ਕਰਕੇ ਦਾਸਾਂ ਦੀ ਆ ਜਿਹੜੀ ਇੱਥੇ ਡਿਊਟੀ ਲਾਈ ਹੈ, ਇੰਨੀ ਹਾਜ਼ਰੀ ਪ੍ਰਵਾਨ ਕਰਨੀ। ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਦਾ ਸਦਕਾ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਦਾ ਸਦਕਾ, ਅਤੇ ਜਿਨ੍ਹਾਂ ਰੱਬ ਸਰੂਪ ਸਤਿਪੁਰਖਾਂ ਦੀ ਸੰਗਤ ਬਖਸ਼ੀ ਹੈ ਸਾਧ ਸੰਗਤ ਜੀ, ਗਰੀਬ ਨਿਵਾਜ ਧੰਨ ਸ਼੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲੇ, ਉਹਨਾਂ ਦਾ ਮੌਜੂਦਾ ਨਿੱਜ ਸਰੂਪ ਪਰਮ ਪੂਜਨੀ ਧੰਨ ਸ਼੍ਰੀ ਹਜ਼ੂਰ ਬਾਬਾ ਹਰਨੇਕ ਸਿੰਘ ਮਹਾਰਾਜ ਜੀ ਸਿਆੜ ਸਾਹਿਬ ਵਾਲੇ, ਬਸ ਉਹਨਾਂ ਦੀ ਸੰਗਤ ਦੀ ਬਦੌਲਤ ਆ ਸੰਗਤਾਂ ਦੇ ਚਰਨਾਂ ਵਿੱਚ ਜੋੜੇ ਝਾੜਨ ਦੀ ਸੇਵਾ ਲੈ ਲੈਂਦੇ ਨੇ। ਆ ਜਿਹੜੀ ਕੀਰਤਨ ਦੀ ਦਾਤ ਆ, ਬਾਜੇ ਦੇ ਉੱਤੇ ਹਰਮੋਨੀਅਮ 'ਤੇ ਹੱਥ ਰਖਾਇਆ, ਇਹ ਵੀ ਸਤਿਕਾਰਯੋਗ ਬਾਬਾ ਧਰਮਪਾਲ ਸਿੰਘ ਸੰਘੋਵਾਲ ਵਾਲੇ, ਉਹਨਾਂ ਦੀ ਬਦੌਲਤ, ਅਤੇ ਤਦ ਤੇ ਸਾਧ ਸਾਈਂ ਦਾਸਾਂ ਦੀ ਅੱਜ ਡਿਊਟੀ ਲਾ ਕੇ ਸੰਗਤ ਵਿੱਚ ਭੇਜਿਆ। ਪਿਆਰ ਵਾਲੀ ਇਹ ਸੰਗਤ ਹੈ,
ਸਾਰੀ ਸੰਗਤ ਨੂੰ ਇੱਕ ਵਾਰ ਫਿਰ ਜੱਥੇ ਵੱਲੋਂ ਮਹਾਂਪੁਰਖਾਂ ਵੱਲੋਂ ਧੰਨ ਸਤਿਗੁਰ ਰਵਿਦਾਸ ਮਹਾਰਾਜ ਦੇ ਆਗਮਨ ਗੁਰਪੁਰਬ ਦੀਆਂ ਲੱਖਾਂ ਲੱਖਾਂ ਵਧਾਈਆਂ ਹੋਵਣ। ਸਤਿਗੁਰ ਜੀ ਕਿਰਪਾ ਕਰਨ, ਜੋ ਗੁਰੂ ਸਾਹਿਬ ਦੀ ਬਾਣੀ ਸਾਨੂੰ ਸਾਧ ਸਾਂਝ ਛੱਡਣ ਨੂੰ ਕਹਿੰਦੀ ਹੈ ਉਹਨੂੰ ਛੱਡੀਏ, ਸਾਡੇ ਮਨਾਏ ਹੋਏ ਸਮਾਗਮ ਗੁਰਪੁਰਬ ਆ ਉਹ ਸਫਲੇ ਹੋ ਜਾਣ, ਗੁਰੂ ਵਾਲੇ ਬਣੀਏ। ਸਤਿਗੁਰ ਵਾਜੋਂ ਗੁਰ ਨਹੀਂ ਕੋਈ, ਨਿਗੁਰੇ ਕਾ ਹੈ ਨਾਉ ਬੁਰਾ, ਸਾ ਨਿਗੁਰੇ ਪੁਣੇ ਦੀ ਜੂਠ ਲਾਈਏ। ਬਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਵੈਰੀ ਨਹੀਂ ਬੇਗਾਨਾ, ਸਗਲ ਸੰਗ ਹਮ ਕਉ ਬਣ ਆਈ। ਸਾਧ ਸਾਈਂ ਐਸੀ ਸਤਿਗੁਰ ਜੀ ਕਿਰਪਾ ਕਰੋ, ਸਭ ਸੰਗਤ ਵਿੱਚ ਪ੍ਰੇਮ ਪਿਆਰ ਹੋਵੇ, ਇਤਫਾਕ ਹੋਵੇ। ਆਹ ਜਿਹੜੀਆਂ ਅੱਖਾਂ ਦੇ ਉੱਤੇ ਮਹਾਰਾਜ ਭਰਮ ਦਾ ਜਾਲਾ ਪਿਆ ਹੋਇਆ, ਇਹਨੂੰ ਤੁਸੀਂ ਉਹ ਕੱਟ ਸਕਦੇ ਹੋ। ਜਾਤ ਪਾਤ ਦੇ ਵਖੇੜਿਆਂ ਤੋਂ ਉੱਚੇ ਉੱਠ ਕੇ ਅਵਲ ਅੱਲੈ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਸਾਧ ਸਾਈਂ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ। ਸਾਧ ਸਾਈਂ ਇਹ ਸਾਰੇ ਕਣ ਕਣ ਵਿੱਚ ਉਹ ਪਰਮੇਸ਼ਰ ਹੀ ਰਮਿਆ ਹੋਇਆ ਹੈ। ਐਸੀ ਸਾਰੀ ਗੁਰਬਾਣੀ ਤਾਕੀਦ ਕਰਦੀ ਹੈ, ਸੰਸਾਰ ਨੂੰ ਗਿਆਨ ਕਰਾਉਂਦੀ ਹੈ। ਇਹ ਕਿਸੇ ਇੱਕ ਫਿਰਕੇ ਨੂੰ ਨਹੀਂ, ਇਹ ਸਾਰੀ ਮਨੁੱਖਤਾ ਨੂੰ। ਸਭੇ ਸਾਂਝੀ ਵਾਲ ਸਦਾਇਨ ਕੋਈ ਨਾ ਦਿਸੈ, ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੌਂ ਵਰ ਨਾ ਕਹੋ ਸਾਂਝਾ। ਆਓ ਜੈਸੇ ਗੁਰੂ ਬਾਬਾ ਜੀ ਆਹ ਜਿਹੜੇ ਪਾਵਨ ਪਿੱਤਰ ਗੁਰਬਾਣੀ ਦਾ ਸ਼ਬਦ ਉਚਾਰ ਰਹੇ ਨੇ, ਇੱਕ ਆਖਰੀ ਧਾਰਨਾ ਪੜ੍ਹ ਕੇ ਆਨੰਦ ਸਾਹਿਬ ਸਾਧ ਸੰਗ ਜੀ ਸਮਾਪਤੀ ਕਰੀਏ। ਬੋਲਦਿਆਂ ਕੋਲੋਂ ਗੁਰਮਤ ਤੋਂ ਅਧੂਰਾ ਲਫ਼ਜ਼ ਆ ਗਿਆ ਹੋਵਾਂ, ਸਾਰੀ ਸੰਗਤ ਨੇ ਆਪਣਾ ਨਿਦਾਨ ਜਿਹਾ ਬੱਚਾ ਜਾਣ ਕੇ ਖਿਮਾ ਕਰ ਦੇਣੀ। ਸਾਧ ਸੰਗਤ ਜੀ ਆਪਣੀ ਇਸ ਰਸਨਾ ਦੇ ਨਾਲ, ਜ਼ੁਬਾਨ ਦੇ ਨਾਲ ਮਹਾਰਾਜ ਦੇ ਚਰਨਾਂ ਵਿੱਚ ਆਹ ਬੇਨਤੀ ਜ਼ਰੂਰ ਕਰ ਦਈਏ। ਸਤਿਗੁਰੂ ਮਹਾਰਾਜ ਬੜੇ ਦਿਆਲੂ ਨੇ, ਕਿਹੜੀ ਬੇਨਤੀ? ਲੇਖੇ ਵਿੱਚ ਲਾ ਲੋ ਮਾਦੋ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾ ਲੋ ਮਾਦੋ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਲਾਇਓ ਜੀ ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾਇਓ ਜੀ ਜਨਮ ਤੁਮਾਰੇ ਲੇਖੇ, ਜਨਮ ਤੁਮਾਰੇ ਲੇਖੇ, ਲੇਖੇ ਵਿੱਚ ਲਾਨੀ ਬਾਲਕਾ, ਇਹਦਾ ਜਨਮ ਤੁਮਾਰੇ ਲੇਖਿਆ, ਲੇਖੇ ਵਿੱਚ ਲਾਨੀ ਬਾਲਕਾ, ਹਮ ਸਰ ਦੀਨ ਦਿਆਲ ਨਾ ਤੁਮ ਸਰ, ਅਬ ਪਤੀ ਅਰ ਕਿਆ ਕੀਜੈ,
बचनी तोर मोर मन मन जन कौ पूरन दीजै। हौ बल बल जाओ रमैया कारने कारण कबने अबोल बहुत जन्म बिछरे थे मा दोए जन्म तुम्हारे लेखे कह रविदास आस लग जीवो चिर पयो दर्शन देखे। राम कली मोहला तीजा आनंद को ओंकार सतगुर प्रसाद आनंद पया मेरी माए सतगुरु में पाया राग रतन परवार परियां शब्द गावण आया नानक आनंद हुआ सतगुरु में पाया हर नाल रहो तू मन मेरे दुख सब बिसारना समरथ स्वामी सो क्यों मनो बिसारे साचे साहिबा क्या नहीं करते रे सदा सिफत सला तेरी नाम मन बसावे सचे साहिब क्या नहीं कर तेरा साचा ना मेरा आधारू कर शांत सुख मन आए बसिया जिने इच्छा सब पुजाइया नानक सुनो हो संतो शब्द धरो प्यारो साचा ना मेरा आधारो वाचे पंच दूत दुद वस कीते काल कंटक मारिया कता सुख हुआ सित कर अनहद वाजे पर ब्रह्म प्रभ पाया उतरे सगल बसूरे संत साजन पे सर से पूरे गुरते जाने बिनवंत नानक गुरु चरण लागे वाजे आनंद तूर श्लोक दिवस रात दोए दाई दाया खेला सगल जागत करमी आपो अपनी के नेड़ के दूर नानक ते मुख उजले केती छुट्टी नाल जिनी नाम नानक ते मुख उजले केती छुट्टी नाल बोलो सत नाम श्री वाहे गुरु जिनी नाम ते आया गए मशक्कत काल नानक ते मुख उजले केती छुट्टी नानक ते मुख उजले केती छुट्टी
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।